ਹੁਣ ਆ ਕੇ ਕਹਿੰਦੇ ਹਸਪਤਾਲ ਬਣਾਵਾਂਗੇ, ਸਕੂਲ ਬਣਾਵਾਂਗੇ। ਹਾਲੇ ਤਾਂ ਗਿਆਨ ਨੂੰ 5 ਸਾਲ ਹੋਏ ਆ, ਹੁਣ ਕੀ ਕਰ ਲਓਗੇ ਆ ਕੇ? ਔਰ ਮਾੜੀ ਕਿਸਮਤ ਇਹ ਹੈ ਕਿ ਪਿਛਲੀ ਵਾਰ ਵੀ ਜਿਹੜੇ ਸਾਡੇ ਵਿਧਾਇਕ ਸਾਹਿਬ ਨੇ ਐਤਕੀ, ਉਹਨਾਂ ਨੇ ਕਿਹਾ ਸੀਗਾ ਕਿ ਜੇ ਮੈਂ ਤੁਹਾਡੀਆਂ ਸੜਕਾਂ ਨਾਲੀਆਂ ਨਾ ਬਣਾਵਾਂ ਤਾਂ ਮੈਂ ਤੁਹਾਡੇ ਪਿੰਡ ਨਹੀਂ ਆਵਾਂਗਾ। ਅਤੇ ਬਣਾਉਣ ਦੀ ਗੱਲ ਤਾਂ ਬਹੁਤ ਦੂਰ ਹੈ, ਅੱਗੇ ਨੂੰ ਬਦਤਰ ਹੋ ਗਈਆਂ ਨੇ ਉਹ। ਕੱਲ੍ਹ ਅੰਮ੍ਰਿਤਸਰ ਵਿੱਚ ਦੱਖਣੀ ਹਲਕਾ ਜਿਹੜਾ ਮੇਰੇ ਵਾਲਾ ਹਲਕਾ ਹੈ, ਉਹਦੇ 'ਚ ਨਸ਼ਾ ਸਭ ਤੋਂ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਮਤਲਬ ਬਹੁਤ ਮਾੜੇ ਹਾਲਾਤ ਨੇ ਲੋਕਾਂ ਦੇ। ਔਰ ਲੋਕ ਟੀਕੇ ਲਾ ਕੇ ਪੈ ਰਹਿੰਦੇ ਨੇ, ਡਰ ਹੁੰਦਾ ਨਾ ਉਹਨਾਂ ਕੋਲ ਲੱਗ ਕੇ ਜਾਣ ਲੱਗੇ ਡਰ ਹੁੰਦਾ ਕਿ ਤੁਹਾਨੂੰ ਮਤਲਬ ਕਿ ਐਗਰੈਸਿਵਲੀ ਅਟੈਕ ਨਾ ਕਰ ਦੇਣੇ ਆ ਕੁਛ। ਅਤੇ ਇਹ ਮੈਂ ਦਾਂਗਾ ਕਿ ਜੋ ਲੋਕਾਂ ਦੇ ਹਾਲਾਤ ਨੇ, ਜਿੰਨੇ ਵੀ ਮਾੜੇ ਹਾਲਾਤ ਨੇ, ਇਹਦੇ ਵਾਸਤੇ ਦੋ ਲੋਕ ਜ਼ਿੰਮੇਵਾਰ ਨੇ, ਇੱਕ ਸਾਡੇ ਸਿਆਸਤਦਾਨ, ਇੱਕ ਸਾਡੇ ਧਾਰਮਿਕ ਆਗੂ। ਲੋਕ ਜਿਹੜੇ ਲੋਕ ਨੇ ਨਾ ਸਾਡੇ ਪ੍ਰਸ਼ਾਸਨ ਜਿਹੜਾ ਕਰਨ ਡੇ, ਸਾਡੇ ਜਿਹੜੇ ਸਿਆਸਤਦਾਨ ਨੇ, ਇਹ ਨਿਕੰਮੇ ਨੇ, ਇਹਨਾਂ ਦੀ ਵਿਜ਼ਨ ਨਹੀਂ ਹੈਗੀ, ਇਹਨਾਂ ਦੀ ਨੀਅਤ ਨਹੀਂ ਹੈਗੀ, ਇਹਨਾਂ ਨੂੰ ਗਰੀਬ ਆਦਮੀ ਨਜ਼ਰ ਨਹੀਂ ਆਉਂਦਾ। 10 ਸਾਲ ਅਕਾਲੀ ਦਲ ਨੇ ਰਾਜ ਕੀਤਾ, ਇਹਨਾਂ ਦੀ ਕਿਸੇ ਨੇ ਬਾਂਹ ਫੜੀ ਸੀ ਕਿ ਤੁਸੀਂ ਮੈਡੀਕਲ ਕਾਲਜ ਨਾ ਖੋਲ੍ਹੋ, ਇਹਨਾਂ ਦੀ ਕਿਸੇ ਨੇ ਬਾਂਹ ਫੜੀ ਸੀ ਕਿ ਡਿਸਪੈਂਸਰੀਆਂ ਨਾ ਖੋਲ੍ਹੋ, ਇਹਨਾਂ ਨੂੰ ਕਿਸੇ ਨੇ ਕਿਹਾ ਸੀ ਲੋਕਾਂ ਨੂੰ ਮੁਫਤ ਇਲਾਜ ਨਾ ਕਰੋ। ਨੌਕਰੀਆਂ ਵਾਲੇ ਨੇ, ਨੌਕਰੀ ਜਿਹੜੇ ਨੌਕਰੀ ਦੇਣਾ ਚਾਹੁੰਦੇ ਨੇ, ਉਹਨਾਂ ਨੂੰ ਚੰਗਾ ਪੜ੍ਹੇ ਲਿਖਿਆ ਬੱਚਾ ਨਹੀਂ ਲੱਭਦਾ, ਅਤੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੂੰ ਨੌਕਰੀ ਨਹੀਂ ਲੱਭਦੀ ਕਿਉਂਕਿ ਪੜ੍ਹਾਈ ਦਾ ਮਿਆਰ ਇੰਨਾ ਨੀਵਾਂ ਡਿੱਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਚੈਨਲ ਦੇ ਜ਼ਰੀਏ ਤੁਹਾਨੂੰ ਪ੍ਰੋਗਰਾਮ ਹਲਕੇ ਦੇ ਹਾਲ ਦੇ ਤਹਿਤ ਜਿਹੜੇ ਆ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਭਖੀ ਹੋਈ ਹੈ ਉਸ ਦੀ ਜਿਹੜੀ ਆ ਜਾਣਕਾਰੀ ਦੇ ਰਹੇ ਹਾਂ ਕਿ ਵੋਟਰਾਂ ਦਾ ਰੁਝਾਨ ਕਿਵੇਂ ਦਾ ਚੱਲਦਾ ਪਿਆ ਵਾ, ਹਲਕਿਆਂ ਦੇ ਵਿੱਚ ਕੀ ਸਥਿਤੀ ਹੈ ਵੱਖ ਵੱਖ ਸਿਆਸੀ ਪਾਰਟੀਆਂ ਦੀ। ਇਸੇ ਕੜੀ ਦੇ ਤਹਿਤ ਅੱਜ ਅਸੀਂ ਅੰਮ੍ਰਿਤਸਰ ਹਲਕਾ ਦੱਖਣੀ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ, ਉਹਨਾਂ ਦੇ ਕੋਲ ਪਹੁੰਚੇ ਹਾਂ ਤਾਂ ਜੋ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਹਲਕੇ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਕੀ ਹੈ, ਹਲਕੇ ਦੇ ਵਿੱਚ ਜਿਹੜੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਪੋਜੀਸ਼ਨ ਕੀ ਹੈ, ਸਿਆਸਤ ਦੇ ਨਾਲ ਜਿਹੜੀ ਜੁੜੀ ਹਰ ਖਬਰ ਜਾਂ ਹਰ ਸਵਾਲ ਨੂੰ ਅਸੀਂ ਜਿਹੜਾ ਵਾ ਤੁਹਾਡੇ ਸਾਹਮਣੇ ਰੱਖਾਂਗੇ। ਅਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਅਕਾਲ ਚੈਨਲ ਦੇ ਸਭ ਸਰੋਤਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਇਹ ਹੈ ਕਿ ਪਿਛਲੀਆਂ ਚੋਣਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਪਿਛਲੀਆਂ ਚੋਣਾਂ ਦੇ ਵਿੱਚ ਜਿਵੇਂ ਤੁਹਾਡੀ ਪਾਰਟੀ ਦੂਜੇ ਨੰਬਰ 'ਤੇ ਰਹੀ ਸੀ, ਤੁਸੀਂ ਵੀ ਆਪਣੇ ਹਲਕੇ ਦੇ ਵਿੱਚੋਂ ਦੂਜੇ ਨੰਬਰ ਤੋਂ ਰਹੇ ਸੀ, ਤੁਸੀਂ ਉਹਨਾਂ ਚੋਣਾਂ ਦੇ ਵਿੱਚ ਆਪਾਂ ਗੱਲ ਕਰੀਏ ਕਿ ਕਾਫੀ ਜ਼ਿਆਦਾ ਵੋਟਾਂ ਖੜੀਆਂ ਸੀ, ਚਲੋ ਜਿੱਤ ਹਾਰ ਇੱਕ ਵੱਖਰੀ ਗੱਲ ਹੈ, ਐਤਕੀ ਤਿਆਰੀਆਂ ਕਿੱਦਾਂ ਦੀਆਂ ਲੱਗਦੀਆਂ ਪਈਆਂ? ਐਤਕੀ ਤਿਆਰੀਆਂ ਪਿਛਲੀ ਵਾਰ ਨੂੰ ਬਹੁਤ ਚੰਗੀਆਂ ਲੱਗ ਰਹੀਆਂ ਨੇ ਕਿ ਪਿਛਲੀ ਵਾਰ ਅਸੀਂ ਇੱਕ ਆਪਣੇ ਆਪਣੇ ਜੋ ਕਾਰੋਬਾਰ ਸੀ ਉਹਨੂੰ ਛੱਡ ਕੇ ਅਤੇ ਸਿਆਸਤ 'ਚ ਆ ਗਏ ਸੀਗੇ, ਲੇਕਿਨ ਸਿਆਸਤਦਾਨ ਨਹੀਂ ਸੀ ਹੈਗੇ। ਸੋ ਲੋਕਾਂ ਦਾ ਲਹਿਰ ਬੜੀ ਸੀ, ਲੋਕ ਚਾਹੁੰਦੇ ਸੀ ਕਿ ਇੱਕ ਬਦਲਾਵ ਆਵੇ, ਅਤੇ ਉਹ ਬਦਲਾਵ ਜਿਹੜਾ ਸੀਗਾ ਉਹ ਸਿਰਫ ਆਮ ਆਦਮੀ ਪਾਰਟੀ ਵਾਸਤੇ ਨਹੀਂ ਸੀਗਾ, ਉਹ ਬਦਲਾਅ ਸੀਗਾ ਇੱਕ। ਅਤੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਕਾਂਗਰਸ 'ਤੇ ਬਹੁਤਾ, ਕਿਉਂਕਿ ਵਿਸ਼ਵਾਸ 'ਤੇ ਕੋਈ ਵੀ ਕਰ ਲਏਗਾ ਜੋ ਤੁਸੀਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾ ਲਓਗੇ। ਤਾਂ ਇਸ ਕਰਕੇ ਲੋਕਾਂ ਨੇ ਸੋਚਿਆ ਨਹੀਂ, ਜਿਹੜਾ ਬਦਲ ਹੈ ਉਹ ਕਾਂਗਰਸ ਹੈ ਅਤੇ ਆਮ ਆਦਮੀ ਪਾਰਟੀ ਨਹੀਂ ਹੈ। ਦੂਜੀ ਗੱਲ, ਆਮ ਆਦਮੀ ਪਾਰਟੀ ਹਾਲੇ ਦਿੱਲੀ 'ਚ ਵੀ ਨਵੀਂ ਸੀਗੀ, ਜੋ ਦਿੱਲੀ 'ਚ ਸਾਡੇ ਕੰਮ ਸੀਗੇ, ਅਸੀਂ ਸਾਡੇ ਕਹਿਣ ਦੇ ਬਾਵਜੂਦ ਲੋਕਾਂ ਨੇ ਯਕੀਨ ਨਹੀਂ ਕੀਤਾ। ਹੁਣ ਫਰਕ ਇਹ ਹੈ ਕਿ ਜਿਹੜੀ ਪਿਛਲੀ 3ਜੀ ਇਲੈਕਸ਼ਨ ਦਿੱਲੀ 'ਚ ਹੋਈ ਹੈ, ਜਿਹੜੀ ਆਮ ਆਦਮੀ ਪਾਰਟੀ ਨੇ ਜਿੱਤੀ ਹੈ, ਉਹ ਕੰਮ ਜਿਹੜੇ ਲੋਕਾਂ ਦੇ ਸਾਹਮਣੇ ਉਗਰ ਕੇ ਆ ਗਏ ਨੇ, ਲੋਕਾਂ ਨੇ ਖੁਦ ਆਪਣੀ ਅੱਖਾਂ ਨਾਲ ਦੇਖ ਲਏ ਨੇ, ਕਿਉਂਕਿ ਇਲੈਕਸ਼ਨ 'ਚ ਬੜੀ ਹਾਈ ਪ੍ਰੋਫਾਈਲ ਸੀਗੀ, ਜਿਹਦੇ 'ਚ ਬੀਜੇਪੀ ਨਾਲ ਬਹੁਤ ਵੱਡਾ ਸਾਡਾ ਟੱਕਰ, ਸਾਡੀ ਟੱਕਰ ਸੀਗੀ। ਔਰ ਜਿਹੜਾ ਪ੍ਰਧਾਨ ਮੰਤਰੀ ਹੈ, ਜਿਹੜਾ ਸਾਡਾ ਗ੍ਰਹਿ ਮੰਤਰੀ ਹੈ, ਇਹ ਸਭ ਉੱਥੇ ਇਹਨਾਂ ਪਾਰਟੀਸਪੇਟ ਕੀਤਾ, ਅਤੇ ਲੋਕਾਂ ਨੇ ਵੇਖਿਆ ਯਾਰ ਕਿਹੜੀ ਪਾਰਟੀ ਆ, ਇਹਨੇ ਇਹਦੇ ਕਿਹੜੇ ਕੰਮ ਕਰ ਲਏ ਕਿ ਲੋਕਾਂ ਨੇ ਬਹੁਤ ਵੱਡੀ ਬਹੁਮਤ ਇਹਨਾਂ ਨੂੰ ਜਿਤਾ ਦਿੱਤਾ। ਸੋ ਇਸ ਕਰਕੇ ਸਾਡਾ ਕੰਮ ਪੰਜਾਬ 'ਚ ਕਾਫੀ ਸੌਖਾ ਹੋ ਗਿਆ ਉਸ ਕਰਕੇ। ਐਰਕੀ ਆਪਾਂ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਇੱਕ ਪਾਸੇ ਕਾਂਗਰਸ ਦੇ ਜਿਹੜੇ ਨੇ ਸਾਬਕਾ ਮਤਲਬ ਜਿਹੜੇ ਮੌਜੂਦਾ ਵਿਧਾਇਕ ਨੇ ਇੰਦਰਬੀਰ ਸਿੰਘ ਬੁਲਾਰੀਆ, ਉਹਨਾਂ ਦਾ ਨਾਲ ਤੁਹਾਡਾ ਸਾਹਮਣਾ ਹੈ। ਦੂਜੇ ਪਾਸੇ ਜਿਹੜੇ ਅਕਾਲੀ ਦਲ ਵੱਲੋਂ ਨੇ ਤਲਵੀਰ ਸਿੰਘ ਗਿੱਲ ਸਾਹਿਬ, ਉਹਨਾਂ ਦੇ ਨਾਲ ਤੁਹਾਡਾ ਸਾਹਮਣਾ ਹੋਣ ਜਾ ਰਿਹਾ, ਅਤੇ ਮੰਨਿਆ ਜਾ ਰਿਹਾ ਕਿ ਜਿਹੜੇ ਤਲਵੀਰ ਸਿੰਘ ਗਿੱਲ ਨੇ ਉਹਨਾਂ ਦੇ ਉੱਪਰ ਵਿਕਰਮ ਮਜੀਠੀਆ ਦਾ ਹੱਥ ਹੈ, ਤਾਂ ਕੀ ਲੱਗਦਾ ਪਿਆ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਣੀ ਸਥਿਤੀ ਕਿਵੇਂ ਦੀ ਜਾਪਦੀ ਪਈ? ਸਥਿਤੀ ਪਿਛਲੀ ਵਾਰ ਨੂੰ ਤਾਂ ਬਹੁਤ ਚੰਗੀ ਹੈ, ਕਿਉਂਕਿ ਲੋਕ ਤਬਦੀਲੀ ਚਾਹੁੰਦੇ ਆ। ਹੁਣ ਦੇਖੋ, ਕਾਂਗਰਸ ਔਰ ਅਕਾਲੀ ਦਲ ਜੋ ਮਰਜ਼ੀ ਵਾਅਦੇ ਕਰ ਲੈਣ, ਪਰ ਇਹ ਤਾਂ ਕੋਈ ਝੁਟਲਾ ਨਹੀਂ ਸਕਦਾ ਇਸ ਗੱਲ ਨੂੰ ਕਿ ਪਿਛਲੇ 20 ਸਾਲ 'ਚ ਉਹਨਾਂ ਰਾਜ ਕੀਤਾ, ਅੱਬਲ ਤਾਂ ਉਹਨਾਂ 70 ਸਾਲ 75 ਸਾਲ ਰਾਜ ਕੀਤਾ, ਪਰ ਘੱਟੋ ਘੱਟ ਜੇ ਆਪਾਂ ਛੋਟਾ ਕੰਮ ਰੱਖੀਏ, ਛੋਟਾ ਟਾਈਮ ਫਰੇਮ ਰੱਖੀਏ, ਤਾਂ ਪਿਛਲੇ 20 ਸਾਲ 'ਚ ਰਾਜ ਕੀਤਾ, ਤਾਂ ਉਹ ਜੋ ਮਰਜ਼ੀ ਕਰ ਸਕਦੇ ਸੀਗੇ।
ਉਹ ਸਾਡੇ ਨਸ਼ੇ ਨੂੰ ਬੰਦ ਕਰ ਸਕਦੇ ਸੀਗੇ, ਉਹ ਸਾਡੀ ਜਿਹੜੀ ਗੁੰਡਾਗਰਦੀ ਫੈਲੀ ਆ ਪੰਜਾਬ 'ਚ ਉਹਨੂੰ ਬੰਦ ਕਰ ਸਕਦੇ ਸੀਗੇ, ਉਹ ਸਾਨੂੰ ਚੰਗੇ ਸਕੂਲ ਦੇ ਸਕਦੇ ਸੀਗੇ, ਉਹ ਸਾਨੂੰ ਚੰਗੇ ਹਸਪਤਾਲ ਦੇ ਸਕਦੇ ਸੀ, ਲੋਕਾਂ ਨੂੰ ਫ੍ਰੀ ਸਿਹਤ ਸੇਵਾਵਾਂ ਦੇ ਸਕਦੇ ਸੀਗੇ, ਉਹ ਸਾਡੇ ਡੰਪ ਚੁੱਕ ਸਕਦੇ ਸੀਗੇ, ਸਾਨੂੰ ਸਾਫ਼ ਪਾਣੀ ਪੀਣ ਨੂੰ ਦੇ ਸਕਦੇ ਸੀਗੇ, ਸਾਡੀ ਹਵਾ ਨੂੰ ਸਾਫ਼ ਕਰ ਸਕਦੇ ਸੀਗੇ। ਪਰ ਇਹ ਕਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਉਹ ਪੁੱਠੇ ਮੰਨੇ ਤੁਰ ਪਏ। ਸਾਡੀ ਹਵਾ ਵੀ ਖਰਾਬ ਹੋਈ, ਪਾਣੀ ਗੰਦਾ ਹੋਇਆ, ਸਾਡੀ ਕਿਸਾਨੀ ਰੁਲੀ, ਸਾਡਾ ਸਿਹਤ ਸੇਵਾਵਾਂ ਜਿਹੜੀਆਂ ਬਿਲਕੁਲ ਫੇਲ ਹੋ ਗਈਆਂ। ਕਰੋਨਾ 'ਚ ਵੇਖਿਆ ਕਿਸ ਤਰ੍ਹਾਂ ਲੋਕ ਕਰਜਾਈ ਹੋਏ ਨੇ, ਸਾਡੀ ਪੜ੍ਹਾਈ ਦਾ ਬਹੁਤ ਜ਼ਿਆਦਾ ਬੇੜਾ ਗਰਕ ਹੋ ਗਿਆ, ਸਾਡੇ ਪੜ੍ਹੇ ਬੱਚੇ ਕੋਈ ਲੈਣਾ ਨਹੀਂ ਚਾਹੁੰਦਾ, ਬਾਹਰ ਕੋਈ ਨੌਕਰੀ ਨਹੀਂ ਦੇਣੀ ਚਾਹੁੰਦਾ। ਸੋ ਲੋਕ ਚਾਹੁੰਦੇ ਆ ਕਿ ਜੀ ਨੌਕਰੀਆਂ, ਜਿਹੜੇ ਨੌਕਰੀਆਂ ਵਾਲੇ ਨੇ, ਨੌਕਰੀ ਜਿਹੜੇ ਨੌਕਰੀ ਦੇਣਾ ਚਾਹੁੰਦੇ ਨੇ, ਉਹਨਾਂ ਨੂੰ ਚੰਗਾ ਪੜ੍ਹਿਆ ਲਿਖਿਆ ਬੱਚਾ ਨਹੀਂ ਲੱਭਦਾ, ਅਤੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੂੰ ਨੌਕਰੀ ਨਹੀਂ ਲੱਭਦੀ, ਕਿਉਂਕਿ ਪੜ੍ਹਾਈ ਦਾ ਮਿਆਰ ਇੰਨਾ ਨੀਵਾਂ ਡਿੱਗਿਆ। ਸੋ ਉਹੀ ਮੈਂ ਬੇਨਤੀ ਕਰਨੀ ਹੈ ਕਿ ਇਹ ਜੋ ਮਰਜ਼ੀ ਕਰ ਸਕਦੇ ਸੀਗੇ, ਹੁਣ ਆ ਕੇ ਕਹਿੰਦੇ ਹਸਪਤਾਲ ਬਣਾਵਾਂਗੇ, ਸਕੂਲ ਬਣਾਵਾਂਗੇ, ਹਾਲੇ ਤਾਂ ਗਿਆ ਨੂੰ 5 ਸਾਲ ਹੋਏ ਆ, ਹੁਣ ਕੀ ਕਰ ਲਓਗੇ ਆ ਕੇ? ਅੱਛਾ ਡਾਕਟਰ ਸਾਹਿਬ, ਤੁਸੀਂ ਹੁਣ ਗੱਲ ਕੀਤੀ ਸਕੂਲਾਂ ਦੀ ਗੱਲ ਕੀਤੀ, ਕਾਲਜਾਂ ਦੀ ਗੱਲ ਕੀਤੀ, ਸਿਹਤ ਸੇਵਾਵਾਂ ਦੀ ਗੱਲ ਕੀਤੀ, ਹੋਰ ਵੀ ਸਾਰੇ ਮੁੱਦੇ ਤੁਸੀਂ ਆਪਣੇ ਜਵਾਬ ਦੇ ਵਿੱਚ ਗਿਣ ਦਿੱਤੇ, ਆਪਾਂ ਉਹਨਾਂ ਦੇ ਉੱਪਰ ਗੱਲ ਕਰੀਏ। ਪਿਛਲੀਆਂ ਚੋਣਾਂ ਦੇ ਵਿੱਚ ਜਿਹੜੀ ਸੀ ਬੇਦਵੀਆਂ ਨੂੰ ਮੁੱਦਾ ਬਣਾਇਆ ਗਿਆ, ਇਸ ਤੋਂ ਇਲਾਵਾ ਜਿਹੜਾ ਸੀ ਹੋਰ ਨਸ਼ਾ ਮਾਫੀਆ ਦੀ ਗੱਲ ਕਰ ਲਈਏ, ਆਪਾਂ ਰੇਤ ਮਾਫੀਆ ਦੀ ਗੱਲ ਕਰ ਲਈਏ, ਤਾਂ ਉਹਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ, ਕਿਉਂਕਿ ਅਜੇ ਤੱਕ ਸਥਿਤੀ ਲੱਗਦਾ ਪਿਆ ਕਿ ਜਿਉਂ ਦੀ ਤਿਉਂ ਹੈ? ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਮੇਰੇ ਖਿਆਲ ਅੰਮ੍ਰਿਤਸਰ ਵਿੱਚ ਦੱਖਣੀ ਹਲਕਾ ਜਿਹੜਾ ਮੇਰੇ ਵਾਲਾ ਹਲਕਾ ਹੈ, ਉਹਦੇ 'ਚ ਨਸ਼ਾ ਸਭ ਤੋਂ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਮਤਲਬ ਬਹੁਤ ਮਾੜੇ ਹਾਲਾਤ ਨੇ ਲੋਕਾਂ ਦੇ, ਔਰ ਲੋਕ ਟੀਕੇ ਲਾ ਕੇ ਪੈ ਰਹਿੰਦੇ ਨੇ, ਡਰ ਹੁੰਦਾ ਨਾ ਉਹਨਾਂ ਕੋਲ ਲੱਗ ਜਾਣ ਲੱਗੇ ਡਰ ਹੁੰਦਾ ਕਿ ਤੁਹਾਨੂੰ ਮਤਲਬ ਕਿ ਐਗਰੈਸਿਵਲੀ ਅਟੈਕ ਨਾ ਕਰ ਦੇਣੇ ਆ ਕੁਛ, ਤਾਂ ਇਹ ਸਭ ਰੋਕਣਾ ਚਾਹੀਦਾ ਸਾਨੂੰ। ਅਸੀਂ ਹਰ ਜਿਹੜਾ ਵੀ ਆਪਾਂ ਮਿਆਰ ਲੈ ਲਈਏ, ਅਸੀਂ ਖਰੇ ਨਹੀਂ ਉਤਰ ਸਕੇ। ਜੇ ਅਸੀਂ ਸੁਲਤਾਨਵਿੰਡ ਪਿੰਡ, ਜਿਹੜਾ ਕਿ ਇਤਿਹਾਸਿਕ ਪਿੰਡ ਹੈ, ਸਭ ਤੋਂ ਪੁਰਾਣਾ ਪਿੰਡ ਹੈ, 800 ਸਾਲ ਪੁਰਾਣਾ ਪਿੰਡ ਕਹਿੰਦੇ ਉਹਨੂੰ, ਔਰ ਹਰਿਮੰਦਰ ਸਾਹਿਬ ਦਾ ਵੀ ਕੁਛ ਹਿੱਸਾ ਜਿਹੜਾ ਹਰਕੀ ਪੌੜੀ ਤੱਕ ਉਹਨਾਂ ਦੀ ਜ਼ਮੀਨ ਇਸ ਤੱਕ ਆ ਕੇ ਲੱਗਦੀ ਸੀਗੀ, ਐਡਾ ਵੱਡਾ ਪਿੰਡ ਹੈ। ਔਰ ਮਾੜੀ ਕਿਸਮਤ ਇਹ ਹੈ ਕਿ ਪਿਛਲੀ ਵਾਰ ਵੀ ਜਿਹੜੇ ਸਾਡੇ ਵਿਧਾਇਕ ਸਾਹਿਬ ਨੇ ਐਤਕੀ, ਉਹਨਾਂ ਨੇ ਕਿਹਾ ਸੀਗਾ ਕਿ ਜੇ ਮੈਂ ਤੁਹਾਡੀਆਂ ਸੜਕਾਂ ਨਾਲੀਆਂ ਨਾ ਬਣਾਵਾਂ ਤਾਂ ਮੈਂ ਤੁਹਾਡੇ ਪਿੰਡ ਨਹੀਂ ਆਵਾਂਗਾ, ਅਤੇ ਬਣਾਉਣ ਦੀ ਗੱਲ ਤਾਂ ਬਹੁਤ ਦੂਰ ਹੈ, ਅੱਗੇ ਨੂੰ 72 ਹੋ ਗਈਆਂ ਨੇ ਉਹ। ਭਾਈ ਮੰਝ ਰੋਡ ਆ ਜਿਹੜੀ ਕਿ ਇਤਿਹਾਸਿਕ ਰੋਡ ਹੈ, ਉਹ ਟੁੱਟੀ ਪਈ ਹੈ, 21 ਸਾਲ ਹੋ ਗਏ ਉਹਨੂੰ ਬਣਦੀ ਨੂੰ, ਅੱਜ ਤੱਕ ਨਹੀਂ ਬਣੀ ਉਹ, ਜਿਹੜੀ ਵਿਚਕਾਰੋਂ ਸੜਕ ਨਿਕਲ ਕੇ ਜਾਂਦੀ ਹੈ ਸੁਲਤਾਨਵਿੰਡ ਦਿਓ, ਉਹ ਇੱਕ ਵਾਰ ਉਹਨਾਂ ਬਣਾਈ ਜੀ ਇਲੈਕਸ਼ਨ ਦੇ ਬਾਅਦ, ਲੇਕਿਨ 6 ਮਹੀਨਿਆਂ 'ਚ ਟੁੱਟ ਗਈ ਸੀਗੀ। ਹੁਣ ਇਸ ਵੇਲੇ ਟੋਏ ਟੁੱਪੇ ਪਏ ਆ ਉਹਦੇ 'ਚ, 2-2, 2-2, 2-3 ਫੁੱਟ ਡੂੰਘੇ ਟੋਏ ਪਏ ਆ, ਨਹੀਂ ਕਿਤੇ ਜਾ ਕੇ ਤੁਸੀਂ ਆਪ ਦੇਖ ਸਕਦੇ ਹੋ। ਸੋ ਇਹ ਸਾਰੇ ਹਾਲਾਤ ਜਿਹੜੇ ਨੇ ਇਹਨਾਂ ਨੇ ਬਣਾਏ ਨੇ। ਫਿਰ ਜੇ ਆਪਾਂ ਸਿੱਖਿਆ ਦੀ ਗੱਲ ਕਰਦੇ ਹਾਂ, ਤਾਂ ਪਿਛਲੇ ਸਾਲ 'ਚ 50 ਸਾਲਾਂ 'ਚ, ਪਿਛਲਿਆਂ 'ਚ ਮੈਂ ਉਸ ਤੋਂ ਘੱਟ ਟਾਈਮ ਨਹੀਂ ਲੈਂਦਾ, 50 ਸਾਲਾਂ 'ਚ ਕੋਈ ਨਵਾਂ ਸਕੂਲ ਨਹੀਂ ਜੇ ਬਣਿਆ ਇਸ ਇਲਾਕੇ 'ਚ, 50 ਸਾਲਾਂ 'ਚ ਕੋਈ ਨਵੀਂ ਡਿਸਪੈਂਸਰੀ ਨਹੀਂ ਜੇ ਖੁੱਲ੍ਹੀ। ਲੋਕ ਵੱਧ ਗਏ ਨੇ, 3 ਗੁਣੀ ਆਬਾਦੀ ਹੋ ਗਈ, 3 ਗੁਣਾ ਆਬਾਦੀ ਹੋ ਗਈ ਆ, ਅਤੇ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਉਹ ਘੱਟ ਗਈਆਂ ਨੇ, ਔਰ ਦਵਾਈਆਂ ਅੰਦਰ ਹੈ ਨਹੀਂ ਗੀਆਂ। ਜਿਹੜੀਆਂ ਡਿਸਪੈਂਸਰੀਆਂ 1-2 ਹੈਗੀਆਂ ਨੇ ਸਾਡੇ ਇਲਾਕੇ 'ਚ ਦੱਖਣੀ 'ਚ, ਉਹਨਾਂ ਸਿਰਫ ਉਹ ਟੀਕੇ ਲਾਉਂਦੇ, ਇਮਿਊਨਾਈਜੇਸ਼ਨ ਕਰਦੇ, ਦਵਾਈਆਂ ਵੀ ਨਹੀਂ ਦਿੰਦੇ ਉਹ। ਇਸ ਕਰਕੇ ਪ੍ਰਾਈਵੇਟ ਲੋਕਾਂ ਨੂੰ ਜਾਣਾ ਪੈਂਦਾ, ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਤੁਸੀਂ ਡਾਕਟਰ ਸਾਹਿਬ ਗੱਲ ਕੀਤੀ, ਅਜੇ ਤੱਕ ਆਪਾਂ ਜਦੋਂ ਵੋਟਰਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ, ਅਸੀਂ ਉਮੀਦਵਾਰਾਂ ਦੇ ਨਾਲ ਵੀ ਗੱਲ ਕਰਦੇ ਹਾਂ, ਵਿਕਾਸ ਦੀ ਜਿਹੜੀ ਸੂਈ ਹੈ ਉਹ ਅਜੇ ਤੱਕ ਗਲੀਆਂ ਨਾਲੀਆਂ ਦੇ ਉੱਪਰ ਆ ਕੇ ਟਿਕ ਜਾਂਦੀ ਹੈ, ਕਿਉਂਕਿ ਬੜੀ ਤਰਾਸਦੀ ਹੈ ਸਾਡੀ ਕਿ 70 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆਜ਼ਾਦੀ ਨੂੰ, ਪਰ ਅਜੇ ਤੱਕ ਅਸੀਂ ਅਜੇ ਤੱਕ ਜਿਹੜੇ ਆ ਗਲੀਆਂ ਨਾਲੀਆਂ ਦੇ ਵਿੱਚੋਂ ਹੀ ਬਾਹਰ ਨਹੀਂ ਨਿਕਲ ਸਕੇ। ਕੀ ਲੱਗਦਾ ਪਿਆ ਕਿ ਇਸ ਤੋਂ ਜ਼ਿਆਦਾ ਵੀ ਜਿਹੜੀ ਹੋਰ ਗੱਲਾਂ ਦੀ ਜ਼ਰੂਰਤ ਹੈ? ਚਲੋ ਗਲੀਆਂ ਨਾਲੀਆਂ ਤਾਂ ਚਲੋ ਜ਼ਰੂਰੀ ਹੈ ਜਾਂ ਕਿਤੇ ਨਾ ਕਿਤੇ ਸੈਕੰਡਰੀ ਹੈਗੀਆਂ ਨੇ। ਮੈਂ ਤੁਹਾਡੇ ਜਵਾਬ ਨਾਲ 2 ਤਰੀਕੇ ਨਾਲ ਦਾਂਗਾ। ਇੱਕ ਤਾਂ ਇਹ ਮੈਂ ਦਾਂਗਾ ਕਿ ਜੋ ਲੋਕਾਂ ਦੇ ਹਾਲਾਤ ਨੇ, ਜਿੰਨੇ ਮਾੜੇ ਹਾਲਾਤ ਨੇ, ਇਹਦੇ ਵਾਸਤੇ 2 ਲੋਕ ਜ਼ਿੰਮੇਵਾਰ ਨੇ, ਇੱਕ ਸਾਡੇ ਸਿਆਸਤਦਾਨ, ਇੱਕ ਸਾਡੇ ਧਾਰਮਿਕ ਆਗੂ। ਕਿਉਂਕਿ ਧਾਰਮਿਕ ਆਗੂਆਂ ਤੋਂ ਕੋਈ ਲੋਕ ਜਾਂਦੇ ਨੇ, ਉਹਨਾਂ ਵੀ ਕਦੇ ਲੋਕਾਂ ਨੂੰ ਇਹ ਨਹੀਂ ਕਿਹਾ ਤੁਹਾਡਾ ਹੱਕ ਬਣਦਾ, ਹੱਕ ਮੰਗੋ ਆਪਣਾ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਵਿਕਾਸ ਨੂੰ ਆਪਾਂ ਕੀ ਮੰਨਦੇ ਹਾਂ? ਲੋਕ ਆਮ ਤੌਰ 'ਤੇ ਕਹਿੰਦੇ ਆ ਕਿ ਵਿਕਾਸ ਗਲੀਆਂ ਨਾਲੀਆਂ ਸੀਵਰ ਪਾਣੀ ਹੈ, ਚਲੋ ਇੱਕ ਪਹਿਲੂ ਹੋ ਗਿਆ। ਦੂਜਾ ਵਿਕਾਸ ਜਿਹਨੂੰ ਮੈਂ ਸਮਝਦਾ ਉਹ ਇਹ ਹੈ ਕਿ ਸਿਹਤ ਹੈ, ਲੋਅ ਐਂਡ ਆਰਡਰ ਹੈ, ਪ੍ਰਸ਼ਾਸਨ ਹੈ, ਪੜ੍ਹਾਈ ਹੈ, ਇਹ ਵਿਕਾਸ ਹੈ। ਹੁਣ ਗੱਲ ਇਹ ਹੈ ਕਿ ਜਾਂ ਤਾਂ ਗਲੀਆਂ ਨਾਲੀਆਂ ਪਾਣੀ ਦਾ ਵਿਕਾਸ ਹੋ ਗਿਆ ਹੁੰਦਾ ਅਤੇ ਸੋਚਦਾ ਬੰਦਾ ਚਲੋ ਪੜ੍ਹਾਈ ਜੋਗੇ ਪੈਸੇ ਨਹੀਂ ਬਚੇ, ਸਿਹਤ ਜੋਗੇ ਪੈਸੇ ਨਹੀਂ ਬਚੇ ਤਾਂ ਨਹੀਂ ਹੋਇਆ ਵਿਕਾਸ। ਜਾਂ ਸਿਹਤ ਦਾ, ਪੜ੍ਹਾਈ ਦਾ ਵਿਕਾਸ ਹੋ ਗਿਆ ਹੁੰਦਾ, ਬੰਦਾ ਸੋਚਦਾ ਗਲੀਆਂ ਨਾਲੀਆਂ ਜੋਗੇ ਪੈਸੇ ਨਹੀਂ ਬਚੇ। ਹੁਣ ਸਵਾਲ ਉੱਠਦਾ ਤਾਂ ਵਿਕਾਸ ਕਿਤੇ ਵੀ ਨਹੀਂ ਹੋਇਆ, ਨਾ ਗਲੀਆਂ ਨਾਲੀਆਂ ਬਣੀਆਂ, ਨਾ ਪੜ੍ਹਾਈ ਹੋਈ, ਅਤੇ ਨਾ ਸਾਡੀ ਸਿਹਤ ਮਿਲੀ, ਨਾ ਸਾਨੂੰ ਪ੍ਰਸ਼ਾਸਨ ਮਿਲਿਆ ਜਿਹਦੇ 'ਚ ਪੈਸਾ ਲੱਗਦਾ ਹੀ ਨਹੀਂ ਗਾ। ਮੁਲਾਜ਼ਮ ਸਾਰੇ ਬੈਠੇ ਨੇ ਦਫ਼ਤਰਾਂ 'ਚ, ਲੇਕਿਨ ਸੁਣਵਾਈ ਕੋਈ ਨਹੀਂ ਹੈਗੀ, ਕਿਉਂਕਿ ਪੋਲੀਟੀਕਲ ਕਲਾਸ ਜਿਹੜੀ ਹੈ ਉਹ ਸੁਣਵਾਈ ਕਰੇਗੀ ਲੋਕਾਂ ਦੀ, ਆਮ ਬੰਦੇ ਦੀ, ਤਾਂ ਹੀ ਸਾਡੇ ਜਿਹੜੇ ਮੁਲਾਜ਼ਮ ਨੇ ਸੁਣਵਾਈ ਕਰਨਗੇ ਨਾ। ਆਪਾਂ ਡਾਕਟਰ ਸਾਹਿਬ, ਤੁਸੀਂ ਸਿਹਤ ਸੇਵਾਵਾਂ ਦੀ ਗੱਲ ਕੀਤੀ, ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਅਸੀਂ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਨੇ, ਜ਼ਮੀਨੀ ਪੱਧਰ ਦੇ ਉੱਪਰ ਆਪਾਂ ਜਾ ਕੇ ਦੇਖੀਏ
अपनी जिहड़ी अकाली पार्टी है श्रोमणी अकाली दल है उन्होंने एक वादा किया वै कि असी सत्ता दे विच आण तों बाद हरेक जिले दे विच 500 बैडां दा जिहड़ा मैडिकल कॉलेज खोलांगे। तुसी चलो खुद डॉक्टरी लाइन दे नाल जुड़े हुए हो, कि तुहानू लगदा पिया कि जमीनी पद्धर दे उपर ये संभव हैगा है कि हर जिले दे विच मैडिकल कॉलेज खोलिया जाए, क्योंकि तुसी इहदा जवाब सब तों वधिया दे सकदे हो। देखो दो गल्लां ने, एक हुंदी नीति एक हुंदी नीयत। इन्हां लोकां कोल ना तां कोई नीति है ते नीयत नूं पता है बदनीते ने, बिल्कुल ये दो ही तलां जिहड़ियां ने बिल्कुल बदनीते आ। मैं उही दुबारा गल करन लगा, पिछले 15 सालां च 10 साल अकाली दल ने राज किया, इन्हां दी किसने बांह फड़ी सी कि तुसीं मैडिकल कॉलेज ना खोलो, इन्हां दी किसने बांह फड़ी सी कि डिस्पेंसरियां ना खोलो, इन्हां नूं किसने कहा सी लोकां नूं मुफ्त इलाज ना करो। हुण जे दिल्ली दी गल करदे हो, दिल्ली डिस्पेंसरियां फ्री दवाई दिंदियां ने, चाहे ओह 2 रुपए दी दवाई होवे चाहे 20 लाख दा ऑपरेशन होवे, फ्री करदे आ। उत्थे सरकार को बहुत पैसे हुंदे आ, सरकार को सरमाया हुंदा, सरकार सस्ते काम भी करा सकदी है, लेकिन तुहाडी नीयत और नीति दोवीं होनी चाहिए। इन्हां को दोवीं नहीं हैगियां, साढ़े आम आदमी पार्टी को, झाड़ू वाली पार्टी केजरीवाल को दोवीं कुछ हैगा जे, साडियां नीतियां भी हैगियां और साडी नीयत भी काम करन दी है। चलो जे तुहाडी सरकार आ जांदी है तां तुहाडा जिहड़ा मुख काम की होगा, क्योंकि नशे का मुद्दा जां बेदवियां का मुद्दा असीं जदों जाने आ हल्कियां दे विच जाने आ तां सब तों ज्यादा सवाल सानू लोकां दे इही सुनने पैंदे ने कि भाई तुसीं अपने उम्मीदवारां नूं पुछो, सियासतदानां नूं पुछो कि इह कि जे तुसीं आ जांदे हो ते नशे दे मुद्दे नूं जां जिहड़ा आपां गल करीए बेदवियां दे मुद्दे नूं तुसीं किवें हल करोगे? देखो इह हर एक पहलू दे ना दो हुंदे हिस्से, इहदे वी दो हिस्से आ। एक हैगा सोशल, जे आपां नशे की गल करिए एक सोशल है और दूजा हैगा एडमिनिस्ट्रेटिव। तुसीं एडमिनिस्ट्रेटिव नूं तां रातों रात ठीक कर सकते हो, तुसीं पोस्टिंग इहो जिहियां कर दो कि जिहड़े मुलाजम सिपाही जिहड़े ने या जिहड़े अफसर ने उह रले होए ने इन्हां नाल नशे वालिआं तस्करां नाल, उन्हां नूं साइड ते कर दो। चंगे बंदे रहे, बड़े चंगे बैठे आ, बहुत चंगे बंदे बेहद चंगे बैठे आ, बहुते लोग चंगे हुंदे ने, उह लैओ। उह ते हो गया एडमिनिस्ट्रेटिव, तुसीं सप्लाई चेन बंद करो। लेकिन उस तों वड्डा इंपोर्टेंट है जिहड़े नशा करदे कित्थे खड़ोगे, उहनां नूं उनका नशा कितों जाके ठीक कराओगे? और सिर्फ यह नहीं कि नशा छुड़ा, नशा छुड़वा के उन्होंने मुड़ के तुम एक आम साधारण शहरी बना है जिन्हों लोग एक्सैप्ट कर, माहौल चेंज करना है। जो वो दोबारा नशा छड़ के उस माहौल वापस आ जाएगा, वही यार दोस्त हो गए, वही गली महला होएगा, वही बेरोजगारी होएगी, तो कुदरती गल दोबारा उस काम पै जाएगा। सो ये दो काम ने, पहला काम सौखा आ, एडमिनिस्ट्रेटिव काम सौखा आ, मुलाजम बदलने सौखे, मुलाजमान उन्होंने कसना सौखा आ, लेकिन सोशल जड़ा है ये सानू सब नू माँ प्यो भी हिस्सा देना पएगा, ये पिंड वाले भी हिस्सा पाना पएगा, जेडे साडे आगू ने धार्मिक आगू उन्होंने भी हिस्सा पाना पएगा बहुत ज़्यादा। सिर्फ ये नहीं कि तुसी लोगों को पाठ करा के छड़ता, पाठ करा के पाठ की महत्ता दसनी है, वो इंपोर्टेंस डेली लाइफ की भी दसनी है। सो ये काम हो जाएगा, ये हो सकता है, लेकिन तुहाडी नीयत नीति दोवीं होनी चाहिए ना। एक गल आपां होर इत्थे करनी मैं चाहवांगा कि जिहड़े सरकारां ने ऐर की वादे कीते ने, मतलब जे आपां कांग्रेस सरकार की गल करिए वह भी वादे करते पे ने। नवजोत सिंह सिद्धू पहला कह रहे सी कि मुफ्तखोरी की सियासत नहीं होनी चाहिए, उस तो बाद उन्होंने आप ही खुद काफ़ी जिहड़ियां ने वादे कर दिते। उस तो बाद जे आपां गल करिए अकाली दल ने भी अपना 13 नुकाती प्रोग्राम लैन दा, जिहदे विच उन्हां 10 लाख रुपए बीमे की भी गल की, होर सहूलतों की भी गल की। आपां आम आदमी पार्टी की गल करिए उन्होंने गरंटियां दित्तियां, तां की लगता पिया तुहानू कि असी जिहड़ी मतलब जिहड़ियां सियासी पार्टियां ने किते ना किते लोकां नू जिहड़े वादियां दे विच गरंटियां दे विच उलझा रहियां ने, इह क्यों रुजगार की गल क्यों नहीं की जा रही? नहीं, असी रुजगार की गल भी कर रहे हैं, उस मैं दस्या तुहानू ना रुजगार के दो पहलू ने। नंबर एक तो इकोनमी, जे तुहाडी इकोनमी चलेगी नहीं तो तुसी रुजगार किहड़े किथे दोगे? हुण तुसी इन्हां ने मोदी ने पैसे फैक्ट्रियां वाले नूं देते, वड्डे वड्डे जिहड़े मल्टीनैशनल देते कि तुसी प्रोडक्शन वधाओ, प्रोडक्शन वधा के वेचनी किहनूं आ? लोकां को तो पैसे खर्चण नूं नहीं हैगे। सो किसी हद तक जिहड़ी साडियां नीतियां ने देण वालियां ना, इहदा एक पहलू यह हैगा कि असी लोकां दी जेब पैसे इसलिए पाउणे चाहुंदे आ, उहनां को पैसे बचने चाहीदे आ, क्योंकि बाजार च पैसे आउणगे मुड़के। ओह जिवें जे असीं कहने 32 फ्री देंगे तो वह मतलब कि जिहड़ा गरीब बंदा वह 1.5-2 हज़ार जो 32 का बिल आता तो बच जाएगा। जे असीं कहने फ्री सेहत देंगे, यह मतलब कि जो 1000-1500 कोई दवाई का खर्चा होता, बिकॉज कर शुगर शगर ब्लड प्रैशर बड़े लोगों को बीमारियां जी। और मैं तुम्हें एक होर गल दसा, लोग मैं अंग्रेजी डिनायल मोड कहना, वो मुकर जाते कि सू ब्लड प्रैशर शुगर है, क्यों? क्योंकि पैसा नहीं है। वो कहते नहीं है नहीं गा जी, छोटा जाएगा थोड़ा जाएगा, यह गल करते हैं। जो उन्होंने को फ्री दवाई होएगी वो इलाज भी अपना कराएंगे, उन्हें सेहत भी ठीक होएगी। तीजी गल यह है कि जे हर एक बीबी के खाते 1000-1000 रुपया आ जाएगा, उन्हें कहना ट्रंक सामभ के रख लेना, उन्हें खर्चना ही है ना, तो बच्चे दूगी किसी पोतरे दोतरे दूगी को अपने सूट सवाऊगी सघन दू कि जाके,
ਸੋ ਇਹ ਸਾਰੇ ਪੈਸੇ ਮਾਰਕੀਟ 'ਚ ਆਉਣਗੇ ਜਿਹੜੀਆਂ ਸਾਡੀਆਂ ਇਹ ਨਾ ਅਸੀਂ ਬਰਕਤਾਂ ਕਹਿੰਦੇ ਹਾਂ ਵੀ ਪਰਿਵਾਰ 'ਚ ਬਰਕਤ ਪਏਗੀ ਔਰ ਬਰਕਤ ਨਾਲ ਖੁਸ਼ਹਾਲੀ ਵੀ ਆਉਂਦੀ ਹੈ ਬਰਕਤ ਨਾਲ ਲੋਕ ਖੁਸ਼ ਵੀ ਹੁੰਦੇ ਆ ਬਰਕਤਾਂ ਨੂੰ ਲੋਕਾਂ ਨੂੰ ਯਕੀਨ ਹੁੰਦਾ ਸਮਾਜ 'ਤੇ ਸੁਸਾਇਟੀ 'ਤੇ ਸੋ ਇਹ ਬੜੇ ਇੰਪੋਰਟੈਂਟ ਜੇ ਔਰ ਇਹਨੂੰ ਫ੍ਰੀਬੀਜ਼ ਨਹੀਂ ਹੈਗੇ ਇਹਨੂੰ ਵੈਸਟਰਨ ਕੰਟਰੀ ਸੋਸ਼ਲ ਸਿਕਿਉਰਿਟੀ ਕਹਿੰਦੇ ਆ ਹੁਣ ਜਿਹੜੇ ਬੰਦੇ ਸਾਡੇ ਕੈਨੇਡਾ 'ਚ ਬੈਠੇ ਆ ਜਦੋਂ ਕੈਨੇਡਾ 'ਚ ਲੋਕਡਾਊਨ ਲੱਗਾ ਅਤੇ ਸਭ ਨੇ ਆਪਣੇ $2,000 ਆਪਣੇ ਖਾਤੇ 'ਚ ਪਾ ਲਏ ਆ ਕਿਸੇ ਨੇ ਕਿਹਾ ਕਿ ਮੁਫਤਖੋਰੀ ਆ ਨਹੀਂ ਕਿਹਾ ਨਾ ਕਿਸੇ ਨੇ ਦੂਜੀ ਗੱਲ ਤੁਸੀਂ ਮੈਨੂੰ ਪਤਾ ਪੁੱਛਣੀ ਹੋਣੀ ਆ ਕਿ ਪੈਸੇ ਆਉਣਗੇ ਕਿੱਥੋਂ ਤਾਂ ਪੈਸੇ ਆ ਜਾਣਗੇ ਇਹ ਮਿਸਮੈਨੇਜਡ ਹੈ ਦੇਖੋ ਘਰ ਦੀ ਜੇ ਲੇਡੀ ਸਿਆਣੀ ਹੋਵੇ ਨਾ ਤਾਂ ਉਹ ਘਰ ਦੇ ਸਾਰੇ ਖਰਚੇ ਚਲਾ ਕੇ 4 ਰੁਪਏ ਬਚਾ ਵੀ ਲੈਂਦੀ ਹੈ ਅਤੇ ਜੇ ਫਜ਼ੂਲ ਖਰਚ ਹੋਵੇ ਤਾਂ ਉਹ ਨੈਗੇਟਿਵ ਬੈਲੈਂਸ ਚੱਲ ਰਿਹਾ ਹੁੰਦਾ ਤਾਂ ਸਾਡੇ ਲੋਕ ਜਿਹੜੇ ਲੋਕ ਨੇ ਨਾ ਸਾਡੇ ਪ੍ਰਸ਼ਾਸਨ ਜਿਹੜਾ ਕਰਨ ਡੇ ਸਾਡੇ ਜਿਹੜੇ ਸਿਆਸਤਦਾਨ ਨੇ ਇਹ ਨਿਕੰਮੇ ਨੇ ਇਹਨਾਂ ਦੀ ਵਿਜ਼ਨ ਨਹੀਂ ਹੈਗੀ ਇਹਨਾਂ ਦੀ ਨੀਅਤ ਨਹੀਂ ਹੈਗੀ ਇਹਨਾਂ ਨੂੰ ਗਰੀਬ ਆਦਮੀ ਨਜ਼ਰ ਨਹੀਂ ਆਉਂਦਾ ਅਤੇ ਜਦ ਤੱਕ ਅਸੀਂ ਕੋਮਨ ਲੋਐਸਟ ਡਿਨੋਮੀਨੇਟਰ ਨੂੰ ਤਾਂ ਨਹੀਂ ਚੁੱਕਦੇ ਉਦੋਂ ਤੱਕ ਸਾਡੇ ਸਮਾਜ ਦੀ ਕੋਈ ਸੁਧਾਰ ਨਹੀਂ ਜੇ ਸਾਡੇ ਮੁਲਕ ਦਾ ਹੋਣਾ ਸਾਡੇ ਪੰਜਾਬ ਦਾ ਹੋਣਾ ਠੀਕ ਹੈ ਜੀ ਤੁਸੀਂ ਜਿਹੜੀਆਂ ਜਿਹਨੂੰ ਅਸੀਂ ਮੁਫਤ ਦੀ ਸਿਆਸਤਖੋਰੀ ਕਹਿ ਦਿੱਤਾ ਲੋਕਾਂ ਨੇ ਤਾਂ ਤੁਸੀਂ ਕਹਿ ਦਿੱਤਾ ਕਿ ਉਹ ਸੋਸ਼ਲ ਸਿਕਿਉਰਿਟੀ ਦਾ ਪਾਰਟ ਨੇ ਦੂਸਰੇ ਆਪਾਂ ਪੱਛਮੀ ਦੇਸ਼ਾਂ ਦੇ ਆਪਾਂ ਜੇ ਤੁਲਨਾ ਦੇ ਵਿੱਚ ਗੱਲ ਕਰੀਏ ਪਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਜਿਹੜਾ ਤੁਸੀਂ ਹਜ਼ਾਰ ਰੁਪਏ ਦੀ ਗੱਲ ਕਰਦੇ ਪਏ ਉਹ 2000 ਦੀ ਗੱਲ ਕਰਦੇ ਨੇ ਜਾਂ ਜਿਹੜੇ ਤੁਸੀਂ 300 ਯੂਨਿਟ ਦੀ ਗੱਲ ਕਰਦੇ ਉਹ 400 ਯੂਨਿਟ ਦੀ ਗੱਲ ਕਰਦੇ ਨੇ ਫਿਰ ਇਹਨੂੰ ਆਪਾਂ ਕਿਵੇਂ ਕਰੀਏ ਕਿ ਫਿਰ ਉਹ ਤੁਹਾਡੇ ਨਾਲੋਂ ਜ਼ਿਆਦਾ ਸੋਸ਼ਲ ਸਿਕਿਉਰਿਟੀ ਦੇਣਾ ਚਾਹੁੰਦੇ ਨੇ ਦੇਖੋ 2 ਗੱਲਾਂ ਨੇ ਪਹਿਲੀ ਗੱਲ ਤਾਂ ਉਹ ਜੋ ਮਰਜ਼ੀ ਕਰਨਾ ਚਾਹੁੰਦੇ ਕਰ ਸਕਦੇ ਸੀਗੇ ਉਹਨਾਂ ਨੂੰ ਮਨਾ ਨਹੀਂ ਕੀਤਾ ਪਿਛਲੇ 15 ਸਾਲਾਂ 10 ਸਾਲਾਂ ਨੂੰ ਰਾਜ ਕੀਤਾ ਨੰਬਰ 1 ਪੁਆਇੰਟ ਨੰਬਰ 2 ਪੁਆਇੰਟ ਅਸੀਂ ਜਿਹੜੇ ਵਾਅਦੇ ਕਰ ਰਹੇ ਨੇ ਅਸੀਂ ਆਲਰੇਡੀ ਦੇ ਚੁੱਕੇ ਹਾਂ ਫੋਰ ਐਗਜ਼ਾਮਪਲ ਦਿੱਲੀ 'ਚ ਪੰਜਾਬ ਦੀ ਦਿੱਲੀ 'ਚ ਆਮ ਆਦਮੀ ਪਾਰਟੀ ਝਾੜੂ ਵਾਲੀ ਸਰਕਾਰ 3ਜੀ ਵਾਰ ਆਈ ਆ ਜਦੋਂ ਪਹਿਲੀ ਵਾਰ ਆਈ ਸਿਰਫ 49 ਦਿਨਾਂ ਲਈ ਆਈ ਸੀ ਮਾਈਨੋਰਟੀ ਗੌਰਮੈਂਟ ਸੀਗੀ ਕੀ ਫੈਸਲੇ ਲਏ ਕਿ 200 ਯੂਨਿਟ ਫ੍ਰੀ ਦੇਣਾ ਆਪਾਂ ਅਤੇ ਅਗਲੇ 200 ਯੂਨਿਟ ਅੱਧੇ ਰੇਟ 'ਤੇ ਦੇਣੇ ਆ ਲੈ ਲਿਆ ਫੈਸਲਾ ਕਿੰਨੇ ਦਿਨਾਂ ਲਿਆ 49 ਦਿਨਾਂ 'ਚ ਕੋਈ ਸਿਆਸਤਦਾਨ ਨਹੀਂ ਸੀਗਾ ਸਾਰੇ ਕੋਈ ਮੁਲਾਜ਼ਮ ਸੀਗਾ ਕੋਈ ਅਫਸਰ ਸੀਗਾ ਕੋਈ ਸਹਾਫੀ ਸੀਗਾ ਤੁਹਾਡੇ ਵਾਂਗੂ ਕੋਈ ਕੁਛ ਸੀਗਾ ਲੇਕਿਨ ਉਹਨਾਂ 'ਚ ਸਿਆਸਤਦਾਨ ਕੋਈ ਨਹੀਂ ਸੀਗਾ ਲੇਕਿਨ ਦਿਲ 'ਚ ਇੱਕ ਨਿਸ਼ਚੈ ਸੀਗਾ ਕਿ ਲੋਕਾਂ ਨੂੰ ਅਸੀਂ ਸਹੂਲਤ ਦੇਣੀ ਹੈ ਅਤੇ ਦੇ ਦਿੱਤੀ ਫਿਰ ਇਲੈਕਸ਼ਨ ਤੋਂ ਬਹੁਤ ਚਿਰ ਪਹਿਲਾਂ ਮਿਡ ਟਰਮ 'ਚ ਆ ਕੇ ਅਸੀਂ ਬੀਬੀਆਂ ਨੂੰ ਸਫ਼ਰ ਫ੍ਰੀ ਕਰਾਤਾ ਸਫ਼ਰ ਫ੍ਰੀ ਦਾ ਦਿੱਲੀ 'ਚ ਮਤਲਬ ਹੈ ਕਿ ਤੁਸੀਂ 1000 ਰੁਪਏ ਪਹੁੰਚਾਉਂਦੇ ਹੋ 100 ਨਹੀਂ 1000 ਰੁਪਈਏ ਕਿਉਂਕਿ ਕਿਰਾਏ ਜ਼ਿਆਦਾ ਨੇ ਡਿਸਟੈਂਸ ਬਹੁਤ ਜ਼ਿਆਦਾ ਨੇ ਲੋਕ ਤਾਂ 20-20 ਕਿਲੋਮੀਟਰ ਜਾ ਕੇ ਨੌਕਰੀ ਜਾਂਦੇ ਆਪਣੇ ਸੋ ਉਹ ਜਿਹੜੀ ਇੱਕ ਕਿਸਮ ਦੀ ਚੀਜ਼ ਹੈ ਜਿਹੜੀ ਉੱਥੇ ਅਸੀਂ ਇਹ ਕਹਿੰਦੇ ਦਿੱਲੀ ਨਹੀਂ ਦਿੱਤਾ ਦਿੱਲੀ 'ਚ ਅਸੀਂ ਫ੍ਰੀ ਟਰੈਵਲ ਦਿੱਤੀ ਹੈ ਔਰ ਅਖੀਰ 'ਚ ਆ ਕੇ ਨਹੀਂ ਦਿੱਤੀ ਵਾਅਦਾ ਨਹੀਂ ਕੀਤਾ ਦੇ ਦਿੱਤੀ ਹੈ ਠੀਕ ਹੈ ਨਾ ਜੀ ਗੱਲ ਉਹੀ ਅਸੀਂ ਕਨਵਰਟ ਕਰਕੇ 1000 ਰੁਪਇਆ ਇੱਥੇ ਲੋਕਾਂ ਨੂੰ ਜੇਬ 'ਚ ਪਾਉਣਾ ਚਾਹੁੰਦੇ ਹਾਂ ਆਪਾਂ ਹੁਣ ਮੈਂ ਆਪਣੇ ਇਸ ਘਰ 'ਚ ਬੈਠਾ ਮੈਂ ਕਿਹਾ 1000 ਰੁਪਏ ਦੀ ਕੀ ਵੈਲਿਊ ਹੈ ਬਹੁਤ ਮੇਰੇ ਕੋਲ ਬਹੁਤ ਲੋਕ ਗੱਲ ਕਰਦੇ 1000 ਰੁਪਏ ਦੇ ਜਾਂਦੇ ਮੁਫਤ ਖੋਰੇ ਬਣਾਏ ਜਾਂਦੇ ਉਹ ਜਿਹੜੇ ਘਰਾਂ 'ਚ ਜਾ ਕੇ 1000 ਪਹੁੰਚਣਾ ਉਹਨਾਂ ਨੂੰ ਪੁੱਛੋ ਕੀਮਤ ਉਹਦੀ 1000 ਦੀ ਕੀ ਆ ਉਹਨਾਂ ਵਾਸਤੇ ਬਹੁਤ ਵੱਡੀ ਰਕਮ ਦੀ 1000 ਰੁਪਇਆ ਸੋ ਇਸ ਗੱਲ ਨੂੰ ਆਪਾਂ ਛੋਟਾ ਨਾ ਕਰੀਏ ਇਸ ਗੱਲ ਨੂੰ ਆਪਾਂ ਉਸ ਤਰੀਕੇ ਨਾਲ ਵੇਖੀਏ ਕਿ ਜਿਹੜੇ ਲੋਕ ਨੇ ਉਹ ਉਹਨਾਂ ਦਾ ਹੱਕ ਬਣਦਾ ਉਸ ਪੈਸੇ 'ਤੇ ਅਤੇ ਬਾਕੀ ਦੂਜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਜੋ ਕਰਨਾ ਹੋਵੇ ਸਰਕਾਰ ਆਪਣੇ ਪਹਿਲੇ ਸਾਲ 'ਚ 6 ਮਹੀਨੇ 'ਚ ਕਰੇ ਫਿਰ ਮਜ਼ਾਕ ਗੱਲ ਦਾ ਅਤੇ ਅਖੀਰ ਜਾ ਕੇ ਹੁਣ ਚੰਨੀ ਸਾਹਿਬ ਨੇ ਵੀ ਥੋੜ੍ਹੇ ਅਨਾਊਂਸਮੈਂਟਸ ਕੀਤੀਆਂ ਵੀ 2 ਕਿਲੋਵਾਟ ਦੇ ਜਿਹੜੇ ਬਿੱਲ ਨੇ ਉਹ ਮਾਫ਼ ਕਰਾਂਗੇ ਹਾਲੇ ਮਾਫ਼ ਨਹੀਂ ਹੋਏ ਉਹ ਆ ਰਹੇ ਨੇ ਥੋੜ੍ਹੇ ਆ ਰਹੇ 100, 200, 400, 500 ਆ ਰਹੇ ਜੋ ਵੀ ਆ ਰਹੇ ਮਾਫ਼ ਨਹੀਂ ਹੋਏ ਪੂਰੇ ਸਾਡਾ ਜਿਹੜਾ ਬੰਦਾ ਸਾਡਾ ਜਿਹੜਾ ਮੁੱਦੇ ਹੈ ਨਾ ਸਾਰੇ ਹੈਗੇ ਨੇ ਸਾਰਿਆਂ ਵਾਸਤੇ ਅਕਰੋਸ ਬਾਰਡਰ ਕੋਈ ਊਚ ਨੀਚ ਨਹੀਂ ਹੈ ਕੋਈ ਇਹਦੇ 'ਚ ਦਲਿਤ ਭਾਈਚਾਰਾ ਨਹੀਂ ਹੈ ਕੋਈ ਜੱਟ ਬਰਾਦਰੀ ਨਹੀਂ ਹੈ ਕੋਈ ਬ੍ਰਾਹਮਣ ਵਾਲੇ ਬਾਤ ਨਹੀਂ ਹੈ ਸਾਰਿਆਂ ਵਾਸਤੇ ਸਹੂਲਤਾਂ ਇਕੱਠੀਆਂ ਨੇ ਚਾਹੇ ਉਹ ਬੱਤੀ ਫ੍ਰੀ ਹੈ ਚਾਹੇ ਕਿੰਨੇ ਮਰਜ਼ੀ ਕਿਲੋਵਾਟ ਦਾ ਲੋਡ ਹੋਵੇ ਤੁਹਾਡੀ ਸਿਹਤ ਫ੍ਰੀ ਹੈ ਚਾਹੇ ਤੁਸੀਂ ਮਰਜ਼ੀ ਜਾਤੀ ਨੂੰ ਬਿਲੋਂਗ ਕਰਦੇ ਹੋ ਪੜ੍ਹਾਈ ਫ੍ਰੀ ਹੈ ਕਿਸੇ ਮਰਜ਼ੀ ਜਾਤੀ ਨੂੰ ਬਿਲੋਂਗ ਕਰਦੇ ਹੋ 1000 ਰੁਪਇਆ ਤੁਹਾਨੂੰ ਮਿਲੇਗਾ ਭਾਵੇਂ ਜਿਹੜੀ ਮਰਜ਼ੀ ਜਾਤੀ ਨੂੰ ਬਿਲੋਂਗ ਕਰਦੇ ਹੋ ਸੋ ਸਾਡੇ ਮੁੱਦੇ ਬੜੇ ਸਿੱਧੇ ਨੇ ਕਿ ਜੋ ਕਰਨਾ ਸਾਰੇ ਪੰਜਾਬ ਵਾਸਤੇ ਇਕੱਠਾ ਕਰਨਾ ਸੀ ਇਹ ਇੱਕ ਸਵਾਲ ਹੋਰ ਹੈ ਜੀ ਇੱਥੇ ਹੁਣ ਤੁਸੀਂ ਇੱਕ ਜਦੋਂ ਆਪਾਂ ਆਮ ਆਦਮੀ ਪਾਰਟੀ ਆਉਂਦੀ ਹੈ ਸੱਤਾ ਦੇ ਵਿੱਚ ਜਾਂ ਆਉਣੀ ਸੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਬਦਲਣ ਆਏ ਹਾਂ ਤਾਂ ਇਹ ਵੀ ਕਿਤੇ ਨਾ ਕਿਤੇ ਗੱਲ ਉਦੋਂ ਚੱਲੀ ਸੀ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਕੱਢੇ ਹੋਏ ਨੇ ਮਤਲਬ ਉਮੀਦਵਾਰ ਜਾਂ ਛੱਡੇ ਹੋਏ ਨੇ ਉਹਨਾਂ ਨੂੰ ਆਪਣੇ ਵੱਲੋਂ ਟਿਕਟਾਂ ਨਹੀਂ ਦੇਵਾਂਗੇ ਇਸ ਵਾਰੀ ਆਮ ਆਦਮੀ ਪਾਰਟੀ ਦੀ ਆਲੋਚਨਾ ਹੋ ਰਹੀ ਹੈ ਇਸ ਗੱਲ ਦੇ ਉੱਪਰ ਕਿ ਜਿਹੜੀ ਬਹੁ ਗਿਣਤੀ ਹੈ ਤਾਂ ਮਤਲਬ ਇੱਕ ਯੂਥ ਵਿੰਗ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਬੰਦਿਆਂ ਨੇ ਇੱਕ ਦਿਨ ਪਹਿਲਾਂ ਪਾਰਟੀ ਜੁਆਇਨ ਕੀਤੀ ਉਹਨਾਂ ਨੂੰ ਵੀ ਟਿਕਟਾਂ ਦੇ ਦਿੱਤੀਆਂ ਅਜੇ ਕੱਲ੍ਹ ਵੀ ਜਿਹੜੀ ਲਿਸਟ ਜਾਰੀ ਹੋਈ ਹੈ 10ਵੀਂ ਲਿਸਟ ਉਹ 'ਚ ਵੀ 3 ਉਮੀਦਵਾਰ ਅਜਿਹੇ ਸੀ ਆਪਾਂ ਇੱਥੋਂ ਮਜੀਠਾ ਹਲਕੇ ਤੋਂ ਗੱਲ ਕਰ ਲਈਏ ਲਾਲੀ ਮਜੀਠੀਆ ਸਾਹਿਬ ਦੀ ਗੱਲ ਕਰ ਲਈਏ ਚਾਹੇ ਮੋਹਾਲੀ ਤੋਂ ਜਿਹੜੇ ਨੇ ਆਪਣੇ ਸਿੱਧੂ ਸਾਹਿਬ ਦੀ ਗੱਲ ਕਰ ਲਈਏ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਕੀ ਫਰਕ ਰਹਿ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਅਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਵਿੱਚ ਦੇਖੋ ਸਾਡੇ ਬਹੁਤੇ ਸਾਰੇ ਲੋਕ ਤਾਂ ਨਵੇਂ ਨੇ ਤੁਸੀਂ ਅੰਮ੍ਰਿਤਸਰ ਲੈ ਲਓ ਮੈਂ ਵੀ ਨਵਾਂ ਹੀ ਹਾਂ ਬਿਲਕੁਲ ਸਾਡੇ ਵੈਸ ਦੇ ਡਾਟ ਸਾਹਿਬ ਨੂੰ ਉਹ ਨਵੇਂ ਨੇ ਤੁਸੀਂ ਆਪਾਂ ਸੈਂਟਰਲ ਦੀ ਗੱਲ ਕਰੀਏ ਤਾਂ ਸੈਂਟਰਲ ਤੋਂ ਤੁਸੀਂ ਪਿਛਲੀਆਂ ਚੋਣਾਂ 'ਚ ਤੁਹਾਨੂੰ ਯਾਦ ਹੋਏਗਾ ਕਿ
दरबारी लाल साहब की सीट कट्टी जाती है, उन्होंने उपर एक इल्जाम लग जाता है। उस तो बाद उन्होंने अजे पार्टी ज्वाइन की 7 दिन ही हुए से उन्होंने डॉक्टर गुप्ता साहब नूं, उन्होंने टिकट दी। चलो जित हार है वक्री गल है, पर चलो तुसी तुहाडा किसी पोलीटिकल पार्टी के संबंधित तुसी बिल्कुल नवे सी, होर भी काफ़ी नवे सी, पर मैं ऐरकी वरी की गल करता पिया जी कि ऐरकी जिहड़े ने दूजिया पार्टियां चों आ गए ने। लाली मजीठिया साहब का आपां देखिए पोलीटिकल सफर काफ़ी है, कांग्रेस वालों 2 वारी चोण लड़ चुके ने, 1 वारी आजाद लड़ चुके ने, अपने सिद्धू साहब मोहाली तो मेयर भी रहे ने अकाली दल वालों, तो क्यों मतलब की मजबूरी आ गई पार्टी कि अपने जिहड़े उम्मीदवार हलका इंचार्ज छड्ड के अपने जिहड़े वो वलंटियर छड्ड के आपां टिकटां बाहर दियां नूं दित्तियां? देखो इस तरह हुंदा रातों रात नहीं कहूंदा, हुण लाली मजीठिया रातों रात नहीं आ गए, साढ़े सर्वे चलते रहते अंदर, मतलब ये नहीं होंगे कि मेरे अज ना अप्रोच किया तो कल टिकट देती, सो ये गल चल रही होंगी है। गल चलने के बाद सर्वे हो रहे होंगे ने, फिर जो सू लगे बंदा विनेबल है या लोग पसंद करते हैं फिर टिकट देने, सो इस करके रातों रात वाली गल कोई भी नहीं हैगी जी। सारे बंदे बड़ी देर तो अप्रोच कर रहे थे और थोड़ा बहुत नाल चल भी रहे थे, लाली साहब भी थोड़ी देर तो नाल चल ही रहे हिसाब ने, है ना। सो इस करके बिल्कुल जी गल चल पी, क्योंकि दूजी पार्टी को ना हैगी है, उन्होंने को बड़ी पावर हैगी कन्विक्शन की, तो बड़ा मना लेंगे लोगों को, देखो जी रातों रात देते, रातों रात वाली कोई गल नहीं होंगी, ये टाइम ओवर टाइम ही काम चल रहा होंगे। मतलब कहने तो भाव यह है कि तुम जितने वाले कैंडीडेट मतलब टिकट देने की कोशिश की है अपनी वालों? देखो विनेबिलिटी बड़ा इंपॉर्टेंट क्राइटेरिया है ना जी, जितना हम दखनी है जो मेरे तो चंगा कैंडिडेट लगता टिकट देते, मैंने कोई इतराज नहीं है, मैंने कोई इतराज नहीं है इस गल का, है ना। तो होना भी नहीं किसी को चाहिए कि जो तुम इलेक्शन लड़नी है तो जितने वास्ते लड़नी, हारने वास्ते इलेक्शन लड़नी नहीं है, ठीक है ना गल। सो इस करके विनेबिलिटी बहुत इंपॉर्टेंट है, बहुत माड़ा कैंडिडेट दे दो तो वह तो भी कोई फायदा नहीं है, वो तो फिर इस करके लड़ पे लड़े भी लड़ना ही लड़ना जी। तो जे असी चंगा कैंडिडेट सू लभ जाता है जरा कहें हाँ भी ठीक है आपका सोचना विचार धारणा एग्री करते हैं तो फिर ठीक है, कि माड़ी गल नहीं हैगी। अज जिहड़ियां चर्चावां चलदियां पईयां ने मीडिया दे विच कि अज जिहड़े केजरीवाल साहब ने भगवंत मान साहब दा जिहड़ा नाम अनाउंस कर सकदे ने, मतलब जो भी लगदा पिया कि तय वै कि भगवंत मान साहब नूं मुख्यमंत्री दा चेहरा जिहड़ा ऐलानिया जा सकदा वै। मैनूं याद है कि जिस दिन कुंवर विजय प्रताप सिंह नूं तुसीं पार्टी दे विच शामिल कीता सी केजरीवाल साहब ने अमृतसर दे विच आण के सर्किट हाउस च, उस दिन केजरीवाल साहब ने यह गल कही सी कि असीं किसे सन्मानित सिख चेहरे नूं ऐलानांगे। एक सर्वे किया गया जिदे वास्ते तुसीं टैलीफोनिक सर्वे किया, जिहड़े ने पहली पसंद केजरीवाल साहब नूं मन्निया गया, मीडिया से जो खबरां नशर हुई, दूजे नंबर पर कुंवर विजय प्रताप साहब आए, तीजे नंबर के उपर मान साहब का नाम आया। कि हुण आपां जे गल करिए कि केजरीवाल साहब ये गल तो क्लीयर कर चुके हैं कि वह आप सीएम की दौड़ दे विच है नहीं है, दूजे पासे सिख चेहरे की गल आ गई भगवंत मान, तो यह गल भी उत्थे की जा रही थी विचों सानू सुनन नूं मिलिया खबर आई कि जिस दिन असी भगवंत मान साहब नूं जां सीएम दा चेहरा ऐलान दिता साडी 10,000 वोट हरेक हल्के चों तकरीबन वज जाएगी। मान साहब का एक काफ़ी रुतबा वै पार्टी के, उन्होंने बहुत काम किया जमीनी पद्धर से, कि लगता पे कि यह गल कोई माड़ा प्रभाव तो नहीं पाएगी कि मान साहब सर्वे के तीजे नंबर पर आए हैं तो मुख्यमंत्री का अज उन्होंने चेहरा ऐलान दिता है? देखो जी केजरीवाल साहब ने अनाउंस ही करता से कि मैं है ही नहीं गा रेस विच नहीं गा, वो पिछली बार भी नहीं सके, पिछली बार भी दूजी पार्टियां चलाकियां ने उन्होंने गल लफ्ज़ मरोड़ तरोड़ के सिसोदिया साहब के ते सानू हराता, चलो ये हार जित चलती रहती है। तो ये भी गल सची है कि कुंवर जी भी सीएम दे रेस विच नहीं है, सो बाकी किहड़ा फस्ट आया किहड़ा सैकंड आया मैनू इस गल का पता नहीं है, क्योंकि मेरे ख्याल किसी भी नहीं पता होना, ये लोग इमेजिनेशन करी जा रहे हैं जिवें सरसा साहब मीडिया दे विच खबरां नशर हुई हैं अखबारां च लगी, मैं मनदा तुहाड़ी गल जी, जिवें सरसा साहब कहते नहीं जी केजरीवाल तो आप ही आना है, सो बदनामी किसी की करनी जिनी मर्जी करी जाओ वो अड गल है। चलो दूजी गल है कि अच्छ 12 बजे तक मेरे ख्याल अनाउंस हो जाएगा, तो बहुत ही वड्डी कोई सीक्रेट रह नहीं जानी जी, जी। बाकी चंगे ने जी भगवंत मान बहुत मेहनत की, उन्होंने बड़े हरमन प्यारे ने और लालची नहीं गए, देखो उन्हें जमीन जायदाद घटी है, होर कोई दस दो एक बंदा जो जमीन जायदाद घटी है, पुराने जमाने घटदियाँ सगिया, पुराने जमाने लोग उजड़ते सके पर पूरा खानदान तबाह हो जाते उन्होंने, तो अजकल तो लोग बनते हैं, सो जे वो जमीन जायदाद घटी है वह घर भी गया, वह कारोबार भी गया, वह धंधा भी सारा गया है, इस वे भावें 1,000, 2,000, 4,000 करोड़ का मालक हुंदा, भावें फिल्मा बना जो मर्जी करता, लेकिन पैसे नूं ठुकरा के उन्हें लोगों के जिहड़े लोगों इंप्रूव करने की कोशिश की कि मैं जिहड़ा पंजाब है मैं इतना प्यार करता मैं चंगे राह ते लैके जावां। नहीं जी देखो इस गल तो सारे वोटर बहुत गिनती मानती है कि जो काम भगवंत मान ने किए ने वो शायद ही कोई होर कर पाया होवे, खास करके MP दे पक्ष तो उन्होंने काफ़ी तरीफ हुंदियां ने। एक डॉक्टर साहब असी हलकियां दा सर्वे करते पे हाँ वक् वक् हलकियां दे विच जा रहे हैं, एक सवाल जिहड़ा पिछले दिनों तो काफ़ी चलता पिया वै
खास करके जिहड़ा भी सिख चेहरा वै आम आदमी पार्टी दे विच उन्नू ये सवाल का जवाब देना पवेगा जाके जां देना पै रहा वै कि दविंदर पाल सिंह भुल्लर का मसला वै उहदे उपर जिहड़ा वै आम आदमी पार्टी नूं विरोधी पार्टियां घेरदियां पईआं ने कि भुल्लर साहब की जिहड़ी फाइल के उपर जिहड़े केजरीवाल साहब ने साइन करन तों मना कर दिता इहदे उपर तुसीं की कहिंदे हो। देखो जी मैनूं इस गल का पूरा पता नहीं है क्योंकि जो भी काम चल रहा व्हाट्सएप यूनिवर्सिटी से चल रहा है ना कोई कितों फोटो कट के लिया होंगे कुछ कट के लिया होंगे सो एग्जैक्ट स्टेटस की है किसी नहीं पता है ना ये आप पता करने की कोशिश करते हैं भी दसो जी की सिचुएशन है इनू की असं जे नहीं दे रहे क्लेमेंसी तो क्यों नहीं दे रहे क्योंकि एक गल तो पक्की जे कि दिल्ली का जरा सीएम हों लेम डक सीएम हों को सारी पावर्स नहीं होंगे जरा रिव्यू बोर्ड भी बैठता वो कला सीएम तो बैठता नहीं गा वो सोशल सिक्योरिटी के बंदे बैठते हैं जी अपनी होम मिनिस्ट्री के बंदे बैठते हैं वो सैकटरी बैठते हैं जेलों वाले बैठते हैं पंजाब वाले लोग बहन गए कई बेअंत लोग बहन गए उत्तर और सीएम तो शायद साइनिंग अथॉरिटी है कि नहीं है मैं सच्ची गल नहीं जो पता इस गल मैं चलो तुम दस दिना कि सीएम जो फाइनल अथॉरिटी है वो जो दिल्ली का होम मिनिस्टर है तो जैन साहब ने आई थिंक वह ने उस तो अलावा चलो ठीक है ब्यूरोक्रेसी भी बैठती है डीजीपी की आप गल कर लिए पुलिस के अधिकारी भी बैठते हैं इतों अमृतसर जेल के भुल्लर साहब नज़रबंद ने इतों अमृतसर जेल चो भी रिपोर्टा गई ने पर वो गल कह रहे हैं कि एक पासे तो केजरीवाल साहब अपने आप को पंजाब के ज सिखा के हत्याशी दसते पे ने केंद्र सरकार ने गल क्लीयर कर दी है सुप्रीम कोर्ट के भी रिहाई के जोड़े हक मतलब राह पद्धरा हो चुका वै पर केजरीवाल साहब ने साइन नहीं किए तकरीबन एक साल हो चलिया वै हूँ वो कहें कि जड़िया फाइल ने कागज़ सामने आ गए हैं सिख जथेबंदियां ने कल तो दफ्तर का घिराओ भी किया वै धरने भी लगाए ने तो की लगता नहीं पाया कि ये जोड़ा वै वोट बैंक के उपर जां एक जी इमेज है वो उपर कोई असर पेगा। देखो एक तो गल यह है कि जे साल पहला रिव्यू होया जी गल की है कि 13 महीने पहला रिव्यू होया तो फिर 13 महीने आप करते रहे असी इनू अज तो 13 महीने पहले भी गल कर सकते कल मैं सज्जन मिले मैनू कहिंदे कि यार ये बड़ी तरह रोस वाली गल है तो मैनू उन्होंने मिसेज ने कहा किसी विआह ते मिले कि इस तरह आ तो मैं कितों आए थे कहिंदे बाहर अमेरिका तो आए थे बाहर उन्होंने मिसेज बाहर आए कि नहीं मैनू पता जो किसी ने गल की है तो मेरा कहने का मतलब है 13 महीने आप जान के छड़े इस गल ये 13 महीने पहले आप मूव करते इस गल जाते आप सू मिलते असं जाके आप केजरीवाल साहब कहते के दसो ये सच की है ना असं पुछते जाके लेकिन इलैक्शन आ गई है महीना पहला पॉइंट रेस करता है सोचने वाली गल जी। नंबर दो जी मैं गल करता हमेशा कि सिख सिखी नाल जो सिखा का इस वे कान हो सिखी का वो तुम असी इस गल चुटला सकते हैं कि सिखी इस वे इस चुराहे से खड़ी है चुरस्ते खड़ी है जिथे सानू कोई बहुत ब्राइट फ्यूचर नज़र नहीं आ रहा अपना ठीक है ना गल असी आम आदमी पार्टी ने इतने लिया खड़ा किया सानू कि मरजीवड़े बना के नौजवानों तैयार करके उन्होंने उकसा के तुसी कुर्बानियां दो तुसी मरो तो वह मरवाए लखा बच्चे मरवाए साढ़े कि असी सी गए कि हरिमंदर साहब से अकाल तख्त साहब से अटैक असी कराया सी कि बीजेपी के कशहरे पा उन्होंने निकरा पा के अपने चोलियां थले असी बैठे हाँ सो मेरा कहने का मतलब है सिखी वास्ते बहुत वड्डियां समस्यावां ने और असी एक पॉइंट लैके बह जाने सिर्फ नूं जिहड़े बंदे साढ़े जिहड़े साढ़े सिख नौजवान मैं देखांगा सारे ही लोग जिहड़े अपनी सज़ा पूरी कर सके वह जेल च क्यों रहन जिहड़े बच्चे साढ़े जेल च गए ने और उन्हां को अपना बेल जोगे पैसे नहीं हैगे वो अंदर क्यों बहन ये पॉइंट सोचने वाले बड़े बड़े मुद्दे जी आप छोटा जिहा ना कर दिया करिए असी हमेशा छोटा कर दें हूँ इतने भी मैं हिसाब ला रहा कि सिक्खी बहुत छोटा कर रहे हैं कि जिन्होंने सिक्खी तबाह किया वो तो बंदे इस गल का कोई जवाब नहीं दे रहे तो ये पॉइंट असी सिर्फ दविंदर पाल जी तो भुल्लर साहब तो लिया के खड़ा करता है जो कि जे अपनी सज़ा पूरे कर चुके ने जोड़े साढ़े बाकी धर्मी फौजी ने दूजे साढ़े नौजवान ने जोड़े अपनी सज़ा पूरे कर सके कोई कारण नहीं कि उन्हें जेल च रखा जाए वो बाहर आने चाहिए ने और चंगे सिटीजन बनना चाहिए उन्होंने। तो डॉक्टर साहब मेरा आखिरी सवाल है तुहानू कि जेडे आ मौजूदा समय के एक ना असी जो सर्वे करते क्योंकि असी इतने किसी भी पार्टी को प्रमोट कर नहीं आए किसी भी असी जोड़ा वै डिसकरज कर नहीं आए असी जोड़े लोगों के सवाल आ वो तुहाडे कोलों पुछे एक सवाल है जो असी खास करके व्यापारी वर्ग में मिलते हैं वो कहते हैं भी असी सब तो ज़्यादा टैक्स भी दें पर सानू कोई सिक्योरिटी नहीं हैगी कि असी सारी उम्र रिटर्न भी फाइल करते हैं सरकारी मुलाजमान जिहड़ियां ने तनखा पेंशनां मिल जांदियां ने ठीक है कि हुण बंद हो गई ने थोड़ा जिहा आप 20 साल तो वेखीए जिहड़ी भर्ती हुई है पर वो कहिंदे कि सानू कोई सिक्योरिटी नहीं है तुहाडी पार्टी दी कोल इन्हां दे बारे कोई नीति हैगी है कि असी व्यापारियों का भी कुछ सोचांगे।
हाँ जी बिल्कुल हैगी जी। पहली गल तो जे व्यापारियों सिर्फ पेनशन नहीं चाहिए होंगी, व्यापारियों एक यह जहाँ माहौल चाहिए जिते वो अपना कारोबार आराम ना कर सकन। हुण तुसीं एक गल दसो मैनूं, तुसीं इस वेले तुसीं सिक्योर हैगे आ? तुहानूं लगता कि शाम नूं 8 बजे घर जाण दे होए तुहाडा कैमरा ना को खोले? मैनूं सिक्योरिटी नहीं हैगी, मैं अपने गेट च वड़न लगा, गेट चो निकलन लगा खब्बे सज्जे बह के, क्यों पता नहीं कदों किसे ना की हादसा हो जाना है ना। तो दूजी सिक्योरिटी असी चाहुंदे देनी और सिक्योरिटी असी दे सकते हैं, साडे च इन्नी ताकत हैगी आम आदमी पार्टी च कि असी अफसर इहो जिहे लावांगे जिहड़े अश्योर करनगे कि गुंडागर्दी बंद हो जाए, नशा बंद हो जाए। अखो खोह जी मचिया ने जो दू पिस्तौल कट के हर दूजे दिन को बंदा मार देंगे ने, दखनी बहुत कम जे दखनी बड़िया लोगों पिस्तौलों नहीं हुई ने। जय ऑर्डर की स्थिति तो सारे कितने ही आप देखते हैं, डगमगाई हुई है लोगों को, असं जो मिलते हैं उन्होंने सुनते हैं। सो असं ये चाहते हैं, दूजी गल ये चाहते हैं कि लाइट का अरेजमेंट इन्ना हो 24 घंटे बत्ती रहे, यह भी व्यापारी बड़े फायदेमंद होंगी जी, ठीक है ना। कर तीजा असं जो भी असी कीतियां नीतियां साड़ियां जिन्नियां नीतियां, चाहे फ्री बत्ती है चाहे फ्री पढ़ाई है, ये सारे वास्ते है। क्योंकि आम तौर पर लोग शिकायत करते हैं यार मिडल क्लास कितने गई, जिहड़े एससी बीसी बिरादरी नूं बिलोंग करदे उन्हां नूं सहूलतां मिल गईआं, जट्टां नूं तुसीं फ्री बत्ती देती, ते साडा कित्थे गिआ काम? सो इह देखदे होए असीं जिन्नियां पॉलिसीआं रखियां ने असीं सारिआं वास्ते रखियां, असीं किसे नूं नहीं कहा कि तुहानूं इस वर्ग नूं देणी है जां इस कौम नूं देणी है, सारिआं वास्ते कर रहे हां। सो व्यापारियों की जिंदगी बहुत सौखी होण जा रही है। देखो छोटा व्यापारी जिहड़ा हुंदा ना, उहदा बच्चा जो प्राइवेट स्कूल जांदा है ते माड़े तो माड़े तो माड़े स्कूल की फीस 500-700 रुपए तो घट नहीं हैगी। जो साडे स्कूल बहुत चंगे हो गए जिवें दिल्ली च, दिल्ली तुसीं हैरान हो गए कि इस साल 2,36,000 बच्चा प्राइवेट स्कूल छड्ड के सरकारी च आ गया जे, ठीक है ना गल, क्योंकि उन्होंने ही फील्स प्राउड। साडे स्कूल असीं चंगे क्यों बनाए नहीं, मार्बल को लाए स्कूलों च, इस लिए नहीं कि मार्बल च पढ़ाई होनी है, इस करके जिहड़ा बच्चा आए उन्होंने इनफेरिटी कंपलैक्स ना हो, जिस तरह असीं पंजाबी जाम कह दें खोती हाथे जाता जी, इतने तो वो काम ना हो, गल खत्म हो जाए, इस करके असी कीता। और ये साढ़े व्यापारी जिहड़े वर्ग है ये जदों उन्होंने फ्री सेहत मिलेगी, इन्होंने बच्चे चंगे सरकारी स्कूलों जाने शुरू हो जाएंगे, बत्ती फ्री मिलेगी, लॉ एंड ऑर्डर चंगा मिलेगा, तरक्की करेंगे, वधनगे फुलनगे सारे और खुशहाल होणगे सारे और माहौल बड़ा खुशहाल होएगा जी। डॉक्टर साहब एक सवाल है, थोड़ा सियासत तो हट के है तुहाडे कोल, इस करके पुछदा पिया क्योंकि तुसीं डॉक्टरी किते दे नाल जुड़े हुए हो, काफ़ी लम्मा तुहाडा तजर्बा है। वर्ल्ड बैंक के जिहड़े अधिकारी ने उन्होंने कल एक परसों टिप्पणी की है कि जेडे करोना के नाम के उपर स्कूल बंद किए जा रहे हैं, एक गलत है क्योंकि जेडे स्कूल कि तुहाडे उन्होंने कहने का भाव से कि तुहाडे इत्थे शॉपिंग मॉल खुले ने, तुहाडियां बाकी काम चलते पे ने, सिर्फ विद्यक अदारे तुसीं बंद किए हैं। आप देखते हैं कि करोना के वे नाम के उपर सियासत भी हुई, तो करोना के नाम के उपर इस वेले जेडे पंजाब के स्कूल कॉलेज विद्यक अदारे सारे बंद ने पर चलते पे, दूसरे जिहड़े काम चलते पे ने, कि तुहानूं लगता पिया कि ये राजनीतिक एक पोलीटिकल स्टंट है कि बीमारी नूं बहाना बनाया जा रहा है, कि कोई इहदे विच जिहड़ा स्कूल बंद करन दे विच कोई तुहानूं सच्चाई जापदी है? देखो ऐतकी जिहड़ा ओमिक्रॉन आया ना जी, ए मैं भी पिछे जे बीमार होया सी, चलो मैं ठीक हो गया, नैगेटिव हां हुण अज मैं, तो ये इन्ना सीरियस नहीं हैगा जी। लेकिन जिहड़ा पिछला वेव आया सीगा ना वो बड़ा खतरनाक सी, डेल्टा वेरियंट उस तों पहले जिहड़ा सी वो भी बड़ा खतरनाक सीगा, जिहड़े बंदे बीमार ने हस्पताल लोग गए ने, लोगों नूं साह आना बंद होया है, लोगों नूं वेंटिलेटर ते पड़े, फैक्ट ने, ये कोई झूठ थोड़ी है, आप चढ़ा के तरह सकते इस गल नूं, आपां लोग तो ना हर एक गल नूं छोटा कर देंदे कई बारी। दूजी गल है कि जदों असीं मॉल की गल करते हैं, मैं शख्स नहीं गा कि स्कूल बंद करो मॉल खोलो, मैं शख्स नहीं गा, लेकिन यह है कि मॉल च फिर कोई माड़ा चंगा डिसिप्लिन होंदा, लोग दूर दूर खड़ोते होंगे, लोग जफ्फियां लागे लागे नहीं पाउंदे होंदे स्कूल च, क्योंकि डेस्क छोटे होंदे आ, बच्चा लागे लागे होकर बैठा होंदा, फिर बच्चे नूं कंट्रोल करना औखा, बच्चे ने उंगल हाथ मिला लेना, बच्चे ने अपने मुँह च ही उंगल पा लेनी है, सो ज़्यादा चांस है कि बच्चा अपने इन्फेक्ट कर लेगा। जड़ा हुण वेरियंट आया ओमिक्रॉन ये खतरनाक नहीं है, मैं दोबारा गल कर रहा, माइल्ड सिम्टम होंगे, गला खराब होंगे, बुखार होंगे, बॉडी एक्स होंगे ने, लेकिन बहुत घट लोगों को वेंटिलेटर पर जाने की लड़ पी है या हस्पताल जाने की लड़ पी है। सो इस करके थोड़ा जहा मेरे हिसाब न बच्चे की पढ़ाई में खिलवाड़ नहीं करना चाहिए, लेकिन जे ना कर और जे बच्चे इफेक्ट हो जाएंगे स्कूल के कौन जिम्मेवार है, वह कौन जवाब देगा? मसला स्कूलों का नहीं है, मसला कॉलेजा तो यूनीवर्सिटिया का भी है। असी भी चलो यूनीवर्सिटी के पढ़ते हैं, पढ़ाने भी अज की तरीक उत्थे यूनीवर्सिटिया के पढ़ाई बंद है, बाकी सारे काम चलते पे ने, अज भी आप यूनीवर्सिटिया के देखिए होस्टलों के बच्चे रह रहे हैं, फिर क्यों की लगता नहीं पाया कि बच्चों का एक विद्यार्थियों का रोस है? मैं थोड़े को पूछता पाया कि चलो एक तुसी एक चंगे मतलब इंटलैक्चुअल परसन हो, तुसी इहदा जस्टिफाइड कर सकते हो इस गल नूं कि उन्हां दी पढ़ाई दे नाल क्यों खिलवाड़ किया जा रहा? आपां सियासी रैलियां दे विच जिहड़ी 300 बंदिया दी जिहड़ी है परमिशन दे दित्ती गई है, जिथे कि डिसिपलिन नां दी कोई चीज़ नहीं हुंदी, आपां देखदे हां सियासी रैलियां विच बहुते तां पकौड़े खाण वाले हुंदे ने,
ਤਾਂ ਉੱਥੇ ਜਿਹੜੀ ਪਰਮਿਸ਼ਨ ਦੇ ਦਿੱਤੀ ਹੈ, ਕਹਿੰਦੇ ਕਿ ਸਿਆਸੀ ਪਾਰਟੀਆਂ ਨੂੰ ਤਾਂ ਫਾਇਦਾ ਦਿੱਤਾ ਜਾ ਰਿਹਾ, ਜਿੱਥੇ ਉਹਨਾਂ ਦਾ ਘਰ ਦੀ ਗੱਲ ਹੈ ਉਹਨੂੰ ਤਾਂ ਉਹ ਮੰਨ ਲੈਂਦੇ ਨੇ, ਪਰ ਜਿੱਥੇ ਵਿਦਿਆਰਥੀਆਂ ਦੀ ਗੱਲ ਹੈ ਉੱਥੇ ਕਿਤੇ ਨਾ ਕਿਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਾਂ ਸਰਕਾਰਾਂ ਨੇ ਉਹ ਉਹਨਾਂ ਦੇ ਨਾਲ ਧੱਕਾ ਕਰਦੀਆਂ ਪਈਆਂ। ਠੀਕ ਗੱਲ ਹੈ ਤੁਹਾਡੀ, ਮੈਂ ਵੀ ਐਗਰੀ ਕਰਦਾ ਤੁਹਾਡੇ ਨਾਲ। ਸਕੂਲ ਖੁੱਲ੍ਹਣੇ ਚਾਹੀਦੇ ਆ, ਕਾਲਜ ਖੁੱਲ੍ਹਣੇ ਚਾਹੀਦੇ ਆ, ਕਾਲਜ ਹੋਰ ਬਣ। ਮੈਂ ਇੱਕ ਕਾਲਜ ਦੀ ਗੱਲ ਕਰਾਂ ਤੁਹਾਡੇ ਨਾਲ ਨਿੱਕੀ ਜੀ, ਮੈਨੂੰ ਦਿਮਾਗ 'ਚ ਇੱਕ ਮਿੰਟ ਆ ਗਈ ਆ। ਦੇਖੋ ਪੰਜਾਬ ਦੀ ਆਬਾਦੀ 3 ਕਰੋੜ ਆ, ਸਾਡੇ ਕੋਲ ਪਤਾ ਸਰਕਾਰੀ ਕਾਲਜ ਕਿੰਨੇ ਆ? ਸਾਡੇ ਕੋਲ 45 ਸਰਕਾਰੀ ਕਾਲਜ ਹੈ, ਠੀਕ ਹੈ ਨਾ ਗੱਲ। ਹਰਿਆਣੇ ਦੀ ਆਬਾਦੀ ਕਿੰਨੀ ਆ? 3.25 ਕਰੋੜ ਆ, 2.5 ਕਰੋੜ, 3.25 ਕਰੋੜ ਆ। ਉਹਨਾਂ ਕੋਲ ਪਤਾ ਕਿੰਨੇ ਆ? 170। ਔਰ ਹਿਮਾਚਲ ਦੀ ਆਬਾਦੀ 1 ਕਰੋੜ ਨੂੰ ਘੱਟ ਹੈ, ਪਤਾ ਕਿੰਨੇ ਗਵਰਨਮੈਂਟ ਕਾਲਜ? 90। ਮੇਰਾ ਮਤਲਬ ਸਾਨੂੰ ਤਾਂ ਸ਼ਰਮ ਹੀ ਨਹੀਂ ਨਾ ਆਉਂਦੀ, ਅਸੀਂ ਸ਼ਰਮ ਹੀ ਲਾਤੀ ਪੰਜਾਬੀਆਂ ਨੇ ਕਿ ਅਸੀਂ ਹਰ ਪੈਮਾਨੇ 'ਤੇ ਅਸੀਂ ਥੱਲੇ ਜਾ ਰਹੇ, ਹਰ ਪੈਮਾਨੇ 'ਤੇ ਜੋ ਪ੍ਰੋਗਰੈਸ ਦਾ, ਜੋ ਡਿਵੈਲਪਮੈਂਟ ਦਾ, ਜੋ ਸੋਸ਼ਲ ਸਿਕਿਉਰਿਟੀ ਦਾ, ਅਸੀਂ ਹਰ ਪੈਨੇ ਥੱਲੇ ਜਾ ਰਹੇ ਹਾਂ। ਔਰ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਹਾਂ, ਅਸੀਂ ਪੰਜਾਬੀ ਹਾਂ ਜੀ, ਹੈ ਨਾ ਜੀ। ਸੋ ਇਹ ਬੜਾ ਵੱਡਾ ਮੁੱਦਾ ਜੇ। ਬਾਕੀ ਤੁਹਾਡੀ ਗੱਲ 'ਤੇ ਵਾਪਸ ਆਉਣਾ ਕਿ ਡੈਫੀਨੇਟਲੀ ਤੁਹਾਡੀ ਗੱਲ ਠੀਕ ਹੈ, ਜੇ ਮੌਲ ਖੋਲ ਸਕਦੇ ਹਾਂ, ਜੇ ਅਸੀਂ ਰੈਲੀਆਂ ਚਾਲੂ ਕਰ ਸਕਦੇ, ਜੇ ਬੱਸਾਂ ਠੋਸ ਠੋਸ ਕੇ ਬੰਦੇ 50 ਸੀਟਰ ਬੱਸ 'ਚ ਅਸੀਂ 60 ਬੰਦੇ ਬਹਾ 70 ਬੰਦੇ ਬਹਾ ਸਕਦੇ ਹਾਂ, ਤਾਂ ਫਿਰ ਸਕੂਲ ਕਿਉਂ ਨਹੀਂ ਖੋਲ ਸਕਦੇ? ਸਟ੍ਰਿਕਟ ਡਿਸਿਪਲਿਨ ਹੋਵੇ, ਬੱਚਾ ਆਵੇ ਅਤੇ ਉਹਦੇ ਹੱਥ ਸੈਨੇਟਾਈਜ਼ ਕੀਤੇ ਜਾਣ, ਹੈ ਨਾ। ਟੀਚਰ ਕਹਿਣ ਧਿਆਨ ਰੱਖਣ, ਥੋੜ੍ਹਾ ਜਿਹਾ ਆਲਟਰਨੇਟ ਡੇ ਸੱਦ ਲੈਣ ਜਾਂ ਕੁਛ ਕਰਨ, ਤਾਂ ਕੀ ਤਾਂ ਕਰਨਾ ਚਾਹੀਦਾ, ਡੈਫੀਨੇਟਲੀ ਕਰਨਾ ਚਾਹੀਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜਾ ਹਰੇਕ ਗੱਲ ਦੇ ਉੱਪਰ ਜਿਹੜਾ ਵਾ ਪੂਰੇ ਵਧੀਆ ਤਰੀਕੇ ਦੇ ਨਾਲ ਉਹਨੂੰ ਕਲੈਰੀਫਾਈ ਕੀਤਾ, ਖਾਸ ਕਰਕੇ ਜਿਹੜੇ ਆਪਾਂ ਗੱਲ ਕਰੀਏ ਕਿ ਕੁਝ ਐਵੇਂ ਦੇ ਸਵਾਲ ਸੀ ਜਿਹੜੇ ਰਾਜਨੀਤੀ ਦੇ ਨਾਲ ਜਿਹੜੇ ਸੰਬੰਧਿਤ ਨਹੀਂ ਸੀ, ਜਿਨ੍ਹਾਂ ਦਾ ਲਿੰਕ ਜਿਹੜਾ ਸੀ ਇੱਕ ਹਲਕੇ ਦੇ ਨਾਲ ਨਹੀਂ ਸੀ, ਜਿਨ੍ਹਾਂ ਦਾ ਲਿੰਕ ਪੂਰੇ ਆਪਾਂ ਕਹਿ ਲਈਏ ਸਮੂਹ ਪੰਜਾਬੀਆਂ ਦੇ ਨਾਲ ਜਾਂ ਸਮੁੱਚੀ ਜਿਹੜੀ ਮਾਨਵਤਾ ਦੇ ਨਾਲ ਸੀ। ਤਾਂ ਇਹ ਸਨ ਸਾਡੇ ਨਾਲ ਡਾਕਟਰ ਨਿੱਜਰ ਸਾਹਿਬ, ਜਿਨ੍ਹਾਂ ਨੇ ਗੱਲ ਕੀਤੀ ਕਿ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਜਿਹੜੇ ਸਕੂਲ ਕਾਲਜ ਆ ਖੁੱਲ੍ਹਣੇ ਚਾਹੀਦੇ ਨੇ, ਸਕੂਲ ਕਾਲਜਾਂ ਦੀ ਗਿਣਤੀ ਜਿਹੜੀ ਆ ਵਧਾਉਣੀ ਚਾਹੀਦੀ ਆ। ਜੇ ਜਿਹੜਾ ਵਿਕਾਸ ਦੀ ਜੇ ਅਸੀਂ ਗੱਲ ਕਰੀਏ ਤਾਂ ਵਿਕਾਸ ਸਿਰਫ ਗਲੀਆਂ ਨਾਲੀਆਂ ਤੱਕ ਨਹੀਂ ਰਹਿਣਾ ਚਾਹੀਦਾ, ਸਿਹਤ ਸੰਬੰਧੀ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਜਿਹੜੀ ਆ ਬਿਹਤਰੀ ਹੋਣੀ ਚਾਹੀਦੀ ਹੈ, ਕਿਉਂਕਿ ਡਾਕਟਰ ਸਾਹਿਬ ਖੁਦ ਇੱਕ ਆਪਾਂ ਕਹਿ ਲਈਏ ਕਿ ਡਾਕਟਰੀ ਕਿੱਤੇ ਦੇ ਨਾਲ ਜੁੜੇ ਹੋਏ ਨੇ, ਉਹ ਮੁਸ਼ਕਲਾਂ ਨੂੰ ਸਮਝਦੇ ਨੇ। ਤਾਂ ਇਸ ਤੋਂ ਇਲਾਵਾ ਜਿਹੜੇ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜਾ ਦਵਿੰਦਰਪਾਲ ਭੁੱਲਰ ਸਾਹਿਬ ਦਾ ਮਸਲਾ ਵਾ ਉਹਦੇ ਉੱਪਰ ਵੀ ਅਸੀਂ ਜਿਹੜਾ ਵਾ ਗੱਲ ਕਰਾਂਗੇ, ਜਿਹੜੀ ਇੱਥੇ ਸਿਆਸਤ ਹੋ ਰਹੀ ਹੈ। ਤਾਂ ਦੋਸਤੋ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਉਮੀਦਵਾਰ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਉਸ ਵੇਲੇ ਤੱਕ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।